ਮਹਾਰਾਜਾ ਸ਼ੇਰ ਸਿੰਘ ਜਿਹੜੇ ਨੇ ਉਹ 18 ਜਨਵਰੀ 1841 ਈਸਵੀ ਨੂੰ ਮਹਾਰਾਜਾ ਸ਼ੇਰ ਸਿੰਘ ਦਾ ਲਾਹੌਰ ਉੱਤੇ ਕਬਜ਼ਾ ਹੋ ਜਾਂਦਾ ਹੈ। ਫੌਜਾਂ ਨੂੰ ਲਾਲਚ ਦਿੱਤੇ ਗਏ ਸੀ, ਜਰਨੈਲਾਂ ਨੂੰ ਲਾਲਚ ਦਿੱਤੇ ਗਏ ਸੀ ਵੀ ਤੁਹਾਨੂੰ ਜੇ ਤੁਸੀਂ ਸ਼ੇਰ ਸਿੰਘ ਦੀ ਮਦਦ ਕਰੋਗੇ ਤਖ਼ਤ ਤੇ ਬੈਠਣ ਦੇ ਬਦਲੇ ਤਾਂ ਤੁਹਾਨੂੰ ਜਗੀਰਾਂ ਦਿੱਤੀਆਂ ਜਾਣਗੀਆਂ, ਵੱਡੇ ਵੱਡੇ ਇਨਾਮ ਦਿੱਤੇ ਜਾਣਗੇ, ਤਨਖਾਹਾਂ ਦੇ ਵਿੱਚ ਵਾਧੇ ਕੀਤੇ ਜਾਣਗੇ। ਸੱਤਾ ਵਾਲੀਆ ਭਰਾ ਜਿਹੜੇ ਨੇ ਇਹਨਾਂ ਨੂੰ ਹੁਣ ਕੈਦ ਕਰ ਲਿਆ ਗਿਆ। ਚੰਦ ਕੌਰ ਦੀਆਂ 4 ਖਾਸ ਗੋਲੀਆਂ ਸੀ ਜਿਹਨਾਂ ਦਾ ਨਾਮ ਸੀਗਾ ਆਸੋ, ਭਾਗੋ, ਬਦਾਮੋ ਤੇ ਪੈਰੋ। ਇਹ ਪਹਾੜਨਾ ਸਨ ਚਾਰੇ ਜਿਹੜੀਆਂ ਹਮੇਸ਼ਾ ਮਹਾਰਾਣੀ ਦੇ ਨਾਲ ਰਹਿੰਦੇ ਚੰਦ ਕੌਰ। ਹੁਣ ਮਾਇਆ ਜਿਹੜੀ ਆ ਨਾ, ਮਾਇਆ ਦੀ ਮਾਰ ਮਿੱਤਰ ਨੂੰ ਵੈਰੀ ਤੇ ਵੈਰੀ ਨੂੰ ਮਿੱਤਰ ਬਣਾ ਦਿੰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਯੂਨੀਵਰਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਗੱਲ ਕਰ ਰਹੇ ਹਾਂ ਸਿੱਖ ਰਾਜ ਕਿਵੇਂ ਗਿਆ। ਇਸ ਦੀਆਂ ਤਕਰੀਬਨ 4 ਕੜੀਆਂ ਆ ਚੁੱਕੀਆਂ ਨੇ ਜਿਹਦੇ ਵਿੱਚ ਅਸੀਂ ਦੱਸਿਆ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਅੰਤਲਾ ਸਮਾਂ ਆਉਂਦਾ, ਕਿਹੜੀ ਭਿਆਨਕ ਬਿਮਾਰੀ ਦੇ ਨਾਲ ਉਹ ਅਕਾਲ ਚਲਾਣਾ ਕਰਦੇ ਨੇ, ਕਿਵੇਂ ਖੜਕ ਸਿੰਘ ਨੂੰ ਰਾਜਗੱਦੀ ਤੇ ਬਿਠਾਉਂਦੇ ਨੇ, ਤੇ ਦੂਸਰੇ ਪੜਾਅ ਦੇ ਵਿੱਚ ਖੜਕ ਸਿੰਘ ਨੂੰ ਕਿਵੇਂ ਡੋਗਰੇ ਚਾਲਾਂ ਚੱਲ ਕੇ ਮੌਤ ਦੇ ਘਾਟ ਉਤਾਰਦੇ ਨੇ, ਤੇ ਤੀਸਰੀ ਕੜੀ ਦੇ ਵਿੱਚ ਅਸੀਂ ਨੌ ਨਿਹਾਲ ਜੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਏ ਜੋ ਕਿ ਤਖ਼ਤ ਦੇ ਉੱਤੇ ਬੈਠਦਾ ਹੈ, ਅਤੇ ਫਿਰ ਉਸ ਨੂੰ ਵੀ ਚਾਲਾਂ ਚੱਲ ਕੇ ਕਿਵੇਂ ਮਾਰ ਦਿੱਤਾ ਜਾਂਦਾ, ਤਮਾਮ ਸਿੱਖ ਇਤਿਹਾਸ ਅਤੇ ਖਾਸ ਤੌਰ ਦੇ ਉੱਤੇ ਖਾਲਸਾ ਰਾਜ ਕਿਵੇਂ ਗਿਆ, ਕਿਹਨਾਂ ਦੀਆਂ ਗਦਾਰੀਆਂ ਕਰਕੇ ਗਿਆ, ਇਸ ਕੜੀ ਦਾ ਅੱਜ 5ਵਾਂ ਐਪੀਸੋਡ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਸਾਨੂੰ ਉਮੀਦ ਹੈ ਕਿ ਤੁਸੀਂ ਇਸ ਐਪੀਸੋਡ ਨੂੰ ਵੀ ਉਨਾ ਹੀ ਪਿਆਰ ਦਿਓਗੇ ਜਿੰਨਾ ਕਿ ਪਿਛਲੇ ਕੜੀਆਂ ਨੂੰ ਦਿੱਤਾ ਸੀ। ਅਤੇ ਅੱਜ ਅਸੀਂ ਗੱਲ ਕਰਾਂਗੇ ਮਹਾਰਾਜਾ ਸ਼ੇਰ ਸਿੰਘ ਹੋਰਾਂ ਦੇ ਬਾਰੇ। ਸ਼ੇਰ ਸਿੰਘ ਜਿਹੜਾ ਆ ਉਹ ਮਹਾਰਾਣੀ ਚੰਦ ਕੌਰ ਤੋਂ ਬਾਅਦ ਖਾਲਸਾ ਰਾਜ ਦੇ ਤਖ਼ਤ ਦੇ ਉੱਤੇ ਬੈਠਦਾ ਹੈ, ਅਤੇ ਉਹਨੂੰ ਕਿਹੜੀਆਂ ਚਾਲਾਂ ਦੇ ਨਾਲ ਮਾਰਿਆ ਜਾਂਦਾ, ਉਹ ਕਿਹੜੇ ਲੋਕ ਸਨ ਜਿਹੜੇ ਸ਼ੇਰ ਸਿੰਘ ਦਾ ਕਤਲ ਕਰਦੇ ਨੇ, ਕਿਵੇਂ ਸ਼ੇਰ ਸਿੰਘ ਜਿਹੜਾ ਆ ਇਹਨਾਂ ਡੋਗਰਿਆਂ ਦੀਆਂ ਚਾਲਾਂ ਕਰਕੇ ਮਾਰਿਆ ਜਾਂਦਾ ਹੈ, ਆਪਣੇ ਹੀ ਆਪਣਿਆਂ ਦਾ ਕਿਵੇਂ ਕਤਲ ਕਰਦੇ ਨੇ, ਇਹ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਇੱਕੋ ਵੀਡੀਓ ਦੇ ਵਿੱਚ ਮਿਲ ਜਾਣਗੇ। ਅਸੀਂ ਉਮੀਦ ਕਰਦੇ ਹਾਂ ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖੋਗੇ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋਗੇ, ਕਿਉਂਕਿ ਇਹ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਇਤਿਹਾਸ ਤੋਂ ਜਾਣੂ ਹੋਈਏ ਅਤੇ ਹੋਰਾਂ ਨੂੰ ਵੀ ਆਪਣੇ ਇਤਿਹਾਸ ਤੋਂ ਜਾਣੂ ਕਰਵਾਈਏ। ਸੋ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਗੱਲ ਕਰ ਰਹੇ ਹਾਂ ਮਹਾਰਾਜਾ ਸ਼ੇਰ ਸਿੰਘ ਦੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੁੱਤ ਹੈ। ਮਹਾਰਾਜਾ ਸ਼ੇਰ ਸਿੰਘ ਜਿਹੜੇ ਨੇ ਉਹ 18 ਜਨਵਰੀ 1841 ਈਸਵੀ ਨੂੰ ਮਹਾਰਾਜਾ ਸ਼ੇਰ ਸਿੰਘ ਦਾ ਲਾਹੌਰ ਉੱਤੇ ਕਬਜ਼ਾ ਹੋ ਜਾਂਦਾ ਹੈ। 21 ਜਨਵਰੀ ਨੂੰ ਬੜੀ ਧੂਮਧਾਮ ਦੇ ਨਾਲ ਉਹਨਾਂ ਦੀ ਗੱਦੀ 'ਤੇ ਬੈਠਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਹੁਣ ਕੋਹੇਨੂਰ ਹੀਰੇ ਤੋਂ ਬਿਨਾਂ ਖਜ਼ਾਨੇ ਦੇ ਵਿੱਚ ਗੁਲਾਬ ਸਿੰਘ ਕੁਝ ਵੀ ਨਹੀਂ ਛੱਡਦਾ। ਸੋ ਬੜੀ ਔਖਾਈ ਦੇ ਨਾਲ ਜਿਵੇਂ ਤਿਵੇਂ ਕਰਕੇ ਫੌਜ ਦੇ ਕੀਤੇ ਗਏ ਇਕਰਾਰ ਪੂਰੇ ਹੁੰਦੇ ਆ, ਕਿਉਂਕਿ ਜਿਹੜਾ ਸ਼ੇਰ ਸਿੰਘ ਹੈ ਉਹਨੂੰ ਗੱਦੀ 'ਤੇ ਬਿਠਾਉਣ ਵਾਸਤੇ ਫੌਜਾਂ ਨੂੰ ਲਾਲਚ ਦਿੱਤੇ ਗਏ ਸੀ, ਜਰਨੈਲਾਂ ਨੂੰ ਲਾਲਚ ਦਿੱਤੇ ਗਏ ਸੀ ਵੀ ਤੁਹਾਨੂੰ ਜੇ ਤੁਸੀਂ ਸ਼ੇਰ ਸਿੰਘ ਦੀ ਮਦਦ ਕਰੋਗੇ ਤਖ਼ਤ 'ਤੇ ਬੈਠਣ ਦੇ ਬਦਲੇ ਤਾਂ ਤੁਹਾਨੂੰ ਜਗੀਰਾਂ ਦਿੱਤੀਆਂ ਜਾਣਗੀਆਂ, ਵੱਡੇ ਵੱਡੇ ਇਨਾਮ ਦਿੱਤੇ ਜਾਣਗੇ, ਤਨਖਾਹਾਂ ਦੇ ਵਿੱਚ ਵਾਧੇ ਕੀਤੇ ਜਾਣਗੇ। ਸੋ ਇਕਰਾਰ ਪੂਰੇ ਕੀਤੇ ਜਾਂਦੇ ਆ। ਬੇਸ਼ੱਕ ਖਜ਼ਾਨਾ ਖਾਲੀ ਸੀ, ਗੁਲਾਬ ਸਿੰਘ ਡੋਗਰਾ ਜਿਹੜਾ ਉਹ ਖਜ਼ਾਨਾ ਆਪਣੇ ਨਾਲ ਜੰਮੂ ਲੈ ਗਿਆ ਸੀ, ਅਤੇ ਸਿਰਫ ਉਹ ਸਿਰਫ ਇੱਕ ਕੋਹੇਨੂਰ ਹੀਰਾ ਸੀ ਜਿਹੜਾ ਖਜ਼ਾਨੇ ਦੇ ਵਿੱਚ ਰਹਿ ਗਿਆ ਸੀ। ਅਤੇ ਬੜੀ ਜੱਦੋਜਹਿਦ ਕਰਕੇ ਇਨਾਮ ਦਿੱਤੇ ਜਾਂਦੇ ਨੇ ਅਤੇ ਤਨਖਾਹਾਂ ਜਿਹੜੀਆਂ ਨੇ ਉਹ ਵਧਾਈਆਂ ਜਾਂਦੀਆਂ। ਅਤੇ ਉੱਧਰ ਜਿਹੜਾ ਡੋਗਰਾ ਰਾਜਾ ਧਿਆਨ ਸਿੰਘ ਹੈ ਉਹਨੂੰ ਵਜ਼ਾਰਤ ਦਾ ਕੰਮ ਆਪਣੇ ਹੱਥਾਂ ਦੇ ਵਿੱਚ ਦੇ ਦਿੱਤਾ ਜਾਂਦਾ। ਪਹਿਲਾਂ ਵੀ ਜਿਹੜਾ ਵਜ਼ੀਰ ਹੈ ਉਹ ਧਿਆਨ ਸਿੰਘ ਹੀ ਸੀ ਅਤੇ ਹੁਣ ਵੀ ਵਜ਼ੀਰ ਜਿਹੜਾ ਉਹ ਧਿਆਨ ਸਿੰਘ ਹੈ।
ਸੰਧਾ ਵਾਲੀ ਆ ਜਿਹੜੇ ਭਰਾ ਨੇ ਅਤਰ ਸਿੰਘ, ਅਜੀਤ ਸਿੰਘ, ਇਹ ਉੱਥੋਂ ਨੱਸ ਜਾਂਦੇ ਅਤੇ ਉਹ ਥਾਨੇਸਰ ਚਲੇ ਜਾਂਦੇ ਆ। ਇਹਦੇ ਵਿੱਚੋਂ ਅਜੀਤ ਸਿੰਘ ਜਿਹੜਾ ਇੱਥੇ ਕੁਝ ਸਮੇਂ ਵਾਸਤੇ ਉਹ ਕਲਕੱਤੇ ਵੀ ਜਾਂਦਾ ਤੇ ਲੈਣਾ ਸਿੰਘ ਜਿਹੜਾ ਉਹ ਮੰਡੀ ਦੇ ਇਲਾਕੇ ਦੇ ਵਿੱਚ ਸੀ ਤੇ ਉੱਥੇ ਹੀ ਆਪਣੇ ਸਿਪਾਹੀਆਂ ਦੇ ਹੱਥੋਂ ਕੈਦ ਹੋ ਗਿਆ। ਪਿੱਛੇ ਲੈਣਾ ਸਿੰਘ ਤੇ ਕਹਿਰ ਸਿੰਘ ਦੋਵੇਂ ਚਾਚਾ ਭਤੀਜਾ ਨੇ, ਲਾਹੌਰ ਦੇ ਵਿੱਚ ਕੈਦ ਹੋ ਗਏ। ਯਾਨੀ ਕਿ ਸੰਧਾ ਵਾਲੀਆ ਭਰਾ ਜਿਹੜੇ ਨੇ ਇਹਨਾਂ ਨੂੰ ਹੁਣ ਕੈਦ ਕਰ ਲਿਆ ਗਿਆ ਸੀ। ਤੇ ਉੱਧਰ ਖਾਲਸਾ ਫੌਜ ਦੀ ਜਿਹੜੀ ਕਸ਼ਮੀਰੀ ਫੌਜ ਸੀ ਉਹਨੇ ਆਪਣੇ ਹੀ ਜਰਨੈਲ ਮੀਹਾਂ ਸਿੰਘ, ਜਿਹਨੂੰ ਮਹਾਂ ਸਿੰਘ ਵੀ ਕਿਹਾ ਜਾਂਦਾ ਸੀ, ਉਸ ਦਾ ਕਤਲ ਕਰਤਾ ਤੇ ਉਹਦਾ ਘਰ ਲੁੱਟ ਲਿਆ ਗਿਆ। ਕਈ ਅਫਸਰ ਇੱਥੇ ਆਪਣੀ ਜਾਨ ਬਚਾ ਕੇ ਵੀ ਭੱਜਦੇ ਆ। ਸਾਰੇ ਪੰਜਾਬ ਦੇ ਵਿੱਚ ਰੌਲਾ ਪੈ ਜਾਂਦਾ ਤੇ ਉੱਧਰ ਅੰਗਰੇਜ਼ੀ ਏਜੰਟ ਜਿਸਦਾ ਪਹਿਲੇ ਵੀ ਜ਼ਿਕਰ ਹੋਇਆ ਕਲਾਰਕ, ਉਹ ਸ਼ੇਰ ਸਿੰਘ ਨੂੰ ਫਕੀਰ ਵਾਸਤੇ ਕਹਿੰਦਾ ਪਰ ਉਹ ਨਹੀਂ ਮੰਨਦਾ। ਤੇ ਉੱਧਰ ਅਜੀਜ਼ੂਦੀਨ ਨੂੰ ਵੀ ਕਿਹਾ ਜਾਂਦਾ ਵੀ ਚਿੱਠੀਆਂ ਲਿਖ, ਚਿੱਠੀਆਂ ਲਿਖਵਾਈਆਂ ਜਾਂਦੀਆਂ ਨੇ ਤੇ 12,000 ਅੰਗਰੇਜ਼ੀ ਫੌਜ ਨਾਲ ਜਿਹੜੀ ਭੜਕੀ ਹੋਈ ਸਿੱਖ ਫੌਜ ਆ ਉਹਨੂੰ ਦਬਾਉਣ ਵਾਸਤੇ ਤਿਆਰ ਕੀਤਾ ਜਾਂਦਾ ਹੈ। ਪਰ ਇੱਥੇ ਮਹਾਰਾਜਾ ਸ਼ੇਰ ਸਿੰਘ ਜਿਹੜਾ ਇਸ ਸਹਾਇਤਾ ਬਦਲੇ ਸਤਲੁਜ ਪਰਾਪਾਰ ਦੇ ਜਿਹੜੇ ਇਲਾਕੇ ਨੇ ਉਹ 'ਤੇ 40 ਲੱਖ ਰੁਪਈਆ ਦੇਣਾ ਪੈਣਾ ਸੀ ਜੇ ਸਹਾਇਤਾ ਲੈ ਲੈਂਦਾ ਸ਼ੇਰ ਸਿੰਘ, ਪਰ ਉਹ ਇੱਥੇ ਸਹਾਇਤਾ ਨਹੀਂ ਲੈਂਦਾ। ਜੇ ਉਹ ਮਦਦ ਪ੍ਰਵਾਨ ਵੀ ਕਰ ਲੈਂਦਾ, ਜੇ ਮੰਨ ਲੈਂਦਾ ਤਾਂ ਆਪਣੇ ਹੀ ਸਿਪਾਹੀਆਂ ਦੇ ਹੱਥੋਂ ਮਾਰਿਆ ਜਾਣਾ। ਉਹਨੇ ਆਪਣੀ ਬਹਾਦਰੀ ਅਤੇ ਸਿਰ ਤੋੜ ਮਿਹਨਤ ਦੇ ਨਾਲ ਫੌਜ ਦੇ ਉੱਤੇ ਕਾਬੂ ਪਾ ਲਿਆ। ਅਤੇ ਹੁਣ ਆਉਂਦੀ ਆ ਵਾਰੀ ਸਰਦਾਰ ਜਵਾਲਾ ਸਿੰਘ ਦੀ। ਆਪਾਂ ਪਹਿਲਾਂ ਵੀ ਇਹਦਾ ਪਿਛਲੀ ਕੜੀ ਦੇ ਵਿੱਚ ਜ਼ਿਕਰ ਕੀਤਾ ਸੀ, ਜਵਾਲਾ ਸਿੰਘ ਕੌਣ ਹੈ? ਸ਼ੇਰ ਸਿੰਘ ਦਾ ਵਕੀਲ ਹੈ ਅਤੇ ਸ਼ੇਰ ਸਿੰਘ ਨੂੰ ਇਹਨੇ ਤਖ਼ਤ 'ਤੇ ਬਿਠਾਉਣ ਵਾਸਤੇ ਬੜੀ ਜੱਦੋਜਹਿਦ ਕੀਤੀ ਸੀ, ਇਹਦੀ ਚੋਟੀ ਦਾ ਜ਼ੋਰ ਲਾਇਆ। ਹੁਣ ਜਵਾਲਾ ਸਿੰਘ ਨੂੰ ਇਹ ਪਸੰਦ ਨਹੀਂ ਸੀ ਕਿ ਉਹਦੀ ਮਿਹਨਤ ਦਾ ਫਲ ਜਿਹੜਾ ਉਸਨੂੰ ਨਾ ਮਿਲੇ ਅਤੇ ਧਿਆਨ ਸਿੰਘ ਵਜ਼ੀਰ ਬਣ ਜਾਏ। ਦਰਅਸਲ ਜਿਹੜਾ ਜਵਾਲਾ ਸਿੰਘ ਹੈ ਉਹਦੇ ਨਾਲ ਸ਼ੇਰ ਸਿੰਘ ਨੇ ਇਕਰਾਰ ਕੀਤਾ ਸੀ ਵੀ ਜਦੋਂ ਤੂੰ ਮੈਨੂੰ ਤਖ਼ਤ 'ਤੇ ਬਿਠਾ ਦੇਂਗਾ ਤਾਂ ਮੈਂ ਤੈਨੂੰ ਵਜ਼ੀਰ ਲਾਊਂਗਾ। ਪਰ ਇੱਥੇ ਵਜ਼ੀਰ ਕੌਣ ਲੱਗਿਆ? ਧਿਆਨ ਸਿੰਘ। ਅਤੇ ਧਿਆਨ ਸਿੰਘ ਨੂੰ ਵੀ ਜਵਾਲਾ ਸਿੰਘ ਜਿਹੜਾ ਉਹ ਕਿਤੇ ਨਾ ਕਿਤੇ ਰੜਕਦਾ ਸੀ ਅਤੇ ਮਹਾਰਾਜੇ ਦੇ ਨਾਲ ਇੱਕ ਵਧੀਆ ਰਸੂਖ ਰੱਖਦਾ ਸੀ ਜਵਾਲਾ ਸਿੰਘ। ਅਤੇ ਡੋਗਰਿਆਂ ਨੇ ਮਹਾਰਾਜੇ ਦੇ ਹੁਣ ਕੰਨ ਭਰਨੇ ਸ਼ੁਰੂ ਕਰ ਦਿੱਤੇ। ਕਿਹਦੇ ਖਿਲਾਫ? ਜਵਾਲਾ ਸਿੰਘ ਦੇ ਖਿਲਾਫ। ਉਹਨੇ 6,000 ਫੌਜ ਸਣੇ ਸ਼ਹਾਦਰੇ ਬੈਠਾ ਸੀ ਇਹ ਜਿਹੜਾ ਜਵਾਲਾ ਸਿੰਘ ਆ, ਅਤੇ ਉਹਨੇ ਕੀ ਕਿਹਾ ਸ਼ੇਰ ਸਿੰਘ ਨੂੰ? ਜਿਹੜੇ ਡੋਗਰੇ ਨੇ ਉਹ ਕਹਿੰਦੇ ਵੀ ਜਿਹੜਾ ਜਵਾਲਾ ਸਿੰਘ ਹੈ ਉਹ ਜਿਹੜੇ ਸੰਧਾ ਵਾਲੀ ਆ ਭਰਾ ਨੇ ਉਹਨਾਂ ਦੇ ਨਾਲ ਮਿਲ ਗਿਆ, ਇਹਨਾਂ ਦਾ ਚਿੱਠੀ ਪੱਤਰ ਚੱਲਦਾ ਰਹਿੰਦਾ ਅਤੇ ਆਪਸ ਦੇ ਵਿੱਚ ਇਹਨਾਂ ਦੀ ਖਿਚੜੀ ਪੱਕ ਰਹੀ ਹੈ। ਇਹ ਉਹਨਾਂ ਦੇ ਰਾਗ ਗਾਉਂਦਾ, ਅੰਗਰੇਜ਼ਾਂ ਦੀ ਮਦਦ ਵੀ ਕਰਦਾ। ਪਿਸ਼ੋਰਾ ਸਿੰਘ ਨੂੰ ਇਹ ਗੱਦੀ 'ਤੇ ਬਿਠਾਉਣਾ ਚਾਹੁੰਦਾ ਜਵਾਲਾ ਸਿੰਘ। ਅਤੇ ਇਸ ਸਿਲਸਿਲੇ ਦੇ ਵਿੱਚ ਡੋਗਰੇ ਨੇ ਕੁਝ ਜਾਲੀ ਖੱਤ ਵੀ ਮਹਾਰਾਜੇ ਦੇ ਅੱਗੇ ਪੇਸ਼ ਕਰਤੇ, ਜਿਵੇਂ ਪਹਿਲਾਂ ਵੀ ਕਰਦੇ ਆਏ। ਸ਼ੇਰ ਸਿੰਘ ਜਵਾਲਾ ਸਿੰਘ ਦੇ ਇੱਥੇ ਖਿਲਾਫ ਹੋ ਗਿਆ। ਉਹਨੂੰ ਫਿਰ ਕਿਹਾ ਜਾਂਦਾ ਵੀ ਉਹਨੂੰ ਹਾਜ਼ਰ ਕਰੋ, ਉਹਨੂੰ ਹੁਕਮ ਲਾ ਦਿੱਤਾ ਸ਼ੇਰ ਸਿੰਘ ਨੇ ਵੀ ਉਹਨੂੰ ਹਾਜ਼ਰ ਕਰੋ। ਹੁਣ ਧਿਆਨ ਸਿੰਘ ਦਾ ਹੀ ਆਪਣਾ ਬੰਦਾ ਉਹਨੂੰ ਬੁਲਾਉਣ ਵਾਸਤੇ ਜਾਂਦਾ। ਹੁਣ ਧਿਆਨ ਸਿੰਘ ਦਾ ਬੰਦਾ ਜਿਹੜਾ ਉਹ ਧਿਆਨ ਸਿੰਘ ਦੀ ਸੁਣੇਗਾ, ਜੋ ਕਿ ਰਾਹ ਦੇ ਵਿੱਚ ਹੀ ਮੁੜ ਆਉਂਦਾ ਅਤੇ ਜਵਾਲਾ ਸਿੰਘ ਤੱਕ ਪਹੁੰਚਦਾ ਹੀ ਨਹੀਂ। ਅਤੇ ਆ ਕੇ ਕੀ ਕਹਿੰਦਾ ਵੀ ਜਵਾਲਾ ਸਿੰਘ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਮਹਾਰਾਜਾ ਗੁੱਸੇ 'ਚ ਆਉਂਦਾ ਸ਼ੇਰ ਸਿੰਘ, ਉਹ ਫਿਰ ਦੁਬਾਰਾ ਹੁਕਮ ਭੇਜਦਾ ਵੀ ਜਿਵੇਂ ਮਰਜ਼ੀ ਬੁਲਾ ਕੇ ਲਿਆ। ਹੁਣ ਦੂਸਰਾ ਆਦਮੀ ਜਾਂਦਾ, ਉਹ ਵੀ ਧਿਆਨ ਸਿੰਘ ਦਾ ਹੀ ਨੌਕਰ ਹੈ, ਉਹ ਵੀ ਰਾਹ ਵਿੱਚੋਂ ਮੁੜ ਆਉਂਦਾ ਅਤੇ ਆ ਕੇ ਕਹਿੰਦਾ ਵੀ ਜਵਾਲਾ ਸਿੰਘ ਕਹਿੰਦਾ ਵੀ ਮੈਂ ਕਿਸੇ ਹੁਕਮ ਨੂੰ ਨਹੀਂ ਮੰਨਦਾ, ਮੈਂ ਅੱਗੇ ਪੇਸ਼ ਨਹੀਂ ਹੋਣਾ ਮਹਾਰਾਜੇ ਦੇ, ਅਤੇ ਮਹਾਰਾਜੇ ਦੇ ਟਾਕਰੇ ਦੀ ਤਿਆਰੀ ਕਰ ਰਿਹਾ। ਐਡੀ ਗੱਲ ਆ ਕੇ ਕਹਿ ਦਿੰਦਾ ਉਹ। ਅਤੇ ਫਿਰ ਉੱਧਰ ਧਿਆਨ ਸਿੰਘ ਨੇ ਹੋਰ ਅੱਗ ਬਾਲ ਦਿੱਤੀ ਅਤੇ ਗੁੱਸੇ ਵਿੱਚ ਮਹਾਰਾਜਾ ਸ਼ੇਰ ਸਿੰਘ ਨੇ ਬਰੰਟ ਕੱਢਤੇ। ਉਹ ਕਹਿੰਦਾ ਜਵਾਲਾ ਸਿੰਘ ਨੂੰ ਗ੍ਰਿਫਤਾਰ ਕਰਕੇ ਲਿਆਓ, ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ। ਹੁਣ ਜਵਾਲਾ ਸਿੰਘ ਨੂੰ ਇਸ ਸਾਰੀ ਗੱਲ ਦਾ ਪਤਾ ਲੱਗਦਾ
ਇੱਕ ਬੰਦਾ ਭੇਜਿਆ ਜਾਂਦਾ ਜਵਾਲਾ ਸਿੰਘ ਦੇ ਕੋਲ ਤੇ ਕਿਹਾ ਜਾਂਦਾ ਵੀ ਸ਼ੇਰ ਸਿੰਘ ਤੈਨੂੰ ਗ੍ਰਿਫਤਾਰ ਕਰਨਾ ਚਾਹੁੰਦਾ। ਪਰ ਇੱਥੇ ਜਿਹੜਾ ਜਵਾਲਾ ਸਿੰਘ ਹੈ ਉਹ ਕਹਿੰਦਾ ਠੀਕ ਹੈ ਮੈਂ ਚੱਲਦਾ, ਕਿਉਂਕਿ ਮੈਂ ਤਾਂ ਬੇਗਨਾਹ, ਨਾ ਤਾਂ ਉਹਨੂੰ ਪਤਾ ਸੀਗਾ ਵੀ ਸ਼ੇਰ ਸਿੰਘ ਨੂੰ ਇਹਨਾਂ ਡੋਗਰਿਆਂ ਨੇ ਕੀ ਪੱਟੀ ਪੜਾਈ ਹੈ, ਨਾ ਉਹ ਇਹ ਜਾਣਦਾ ਸੀ ਕਿ ਪਹਿਲਾਂ ਵੀ ਮੈਨੂੰ ਸੰਦੇਸ਼ ਪਹੁੰਚੇ ਨੇ। ਅਤੇ ਉਹ ਕਹਿੰਦਾ ਵੀ ਠੀਕ ਹੈ, ਉਹ ਨਿਹੱਤਾ ਤੁਰ ਪੈਂਦਾ ਨਾਲ ਵੀ ਮੈਂ ਤਾਂ ਬੇਗੁਨਾਹ ਆ, ਮੇਰਾ ਕੋਈ ਕਸੂਰ ਨੀਗਾ ਜਿਹੜਾ ਮੈਨੂੰ ਗ੍ਰਿਫਤਾਰ ਕੀਤਾ ਜਾਊਗਾ। ਅਤੇ ਇਸ ਕਰਕੇ ਉਹ ਇਹ ਵੀ ਸੋਚਦਾ ਵੀ ਪਿਛਲੀ ਸੇਵਾ ਸਦਕੇ ਉਹਨੂੰ ਮਾਫ਼ ਵੀ ਕਰ ਦਿੱਤਾ ਜਾਊਗਾ ਜੇ ਕੋਈ ਗਲਤੀ ਹੋਈ ਆ। ਹੁਣ ਜਵਾਲਾ ਸਿੰਘ ਜਿਹੜਾ ਆ ਉਹ ਜਿਹੜਾ ਸ਼ੇਰ ਸਿੰਘ ਦਾ ਵਕੀਲ ਹੈ, ਉਹ ਜਵਾਲਾ ਸਿੰਘ ਡੋਗਰਿਆਂ ਦੇ ਹੱਥੀ ਚੜ੍ਹ ਗਿਆ ਅਤੇ ਡੋਗਰੇ ਜਿਹੜੇ ਨੇ ਉਹ ਮਹਾਰਾਜਾ ਸ਼ੇਰ ਸਿੰਘ ਨੂੰ ਮਿਲਣ ਹੀ ਨਹੀਂ ਦਿੰਦੇ, ਪਹਿਲਾਂ ਹੀ ਉਹਨੂੰ ਕੈਦ ਕਰ ਲੈਂਦੇ ਆ। ਹੁਣ ਮਈ 1841 ਨੂੰ ਸਰਦਾਰ ਜਵਾਲਾ ਸਿੰਘ ਕੈਦ ਕਰ ਲਿਆ ਗਿਆ। ਕੈਦੀ ਜਵਾਲਾ ਸਿੰਘ ਆਪਣੀ ਜਾਨੀ ਦੁਸ਼ਮਣ ਰਾਜਾ ਧਿਆਨ ਸਿੰਘ ਦੀ ਨਿਗਰਾਨੀ ਦੇ ਵਿੱਚ ਰੱਖਿਆ ਗਿਆ ਅਤੇ ਸਰਦਾਰ ਜਵਾਲਾ ਸਿੰਘ ਨੂੰ ਰੋਜ਼ ਕੌੜੇ ਮਾੜੇ ਜਾਂਦੇ, ਆਟੇ ਦੇ ਵਿੱਚ ਅੱਧਾ ਲੂਣ ਮਿਲਾ ਕੇ ਦਿੱਤਾ ਜਾਂਦਾ। ਅਤੇ ਉੱਧਰ ਮਹਾਰਾਜਾ ਸ਼ੇਰ ਸਿੰਘ ਦੇ ਪਾਸ ਸਰਦਾਰ ਜਵਾਲਾ ਸਿੰਘ ਦਾ ਮਾਫ਼ੀ ਵਾਸਤੇ ਸਿਫਾਰਿਸ਼ਾਂ ਦਾ ਆਉਣਾ ਵੀ ਸ਼ੁਰੂ ਹੋ ਗਿਆ। ਇਸ ਗੱਲ ਤੋਂ ਇੱਕ ਵਾਰ ਫਿਰ ਧਿਆਨ ਸਿੰਘ ਡਰ ਗਿਆ ਵੀ ਕਿਤੇ ਜਿਹੜਾ ਸ਼ੇਰ ਸਿੰਘ ਹੈ ਉਹ ਕਿਤੇ ਤਰਸ ਨਾ ਖਾ ਜਾਵੇ, ਕਿਤੇ ਉਹਨੂੰ ਕਹਿ ਦੇਵੇ ਵੀ ਛੱਡ ਦਿਉ, ਹੈ ਨਾ। ਇਸ ਗੱਲੋਂ ਡਰ ਗਿਆ ਅਤੇ ਇੱਕ ਹੋਰ ਚਾਲ ਚੱਲਦਾ ਧਿਆਨ ਸਿੰਘ, ਹੈ ਨਾ। ਧਿਆਨ ਸਿੰਘ ਕੀ ਕਰਦਾ, ਜਵਾਲਾ ਸਿੰਘ ਨੂੰ ਸ਼ੇਖਪੁਰੇ ਭੇਜ ਦਿੰਦਾ। ਇੱਥੇ ਸਜ਼ਾ ਜਵਾਲਾ ਸਿੰਘ ਦੀ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ। ਸ਼ੇਖਪੁਰ ਦੇ ਵਿੱਚ ਉਹ ਵਿਚਾਰਾ ਮਰ ਜਾਂਦਾ। 10 ਦਿਨ ਤੱਕ ਕਰੜੀ ਮਾਰ ਪਿੱਛੋਂ ਜਵਾਲਾ ਸਿੰਘ ਅਕਾਲ ਚਲਾਣਾ ਕਰ ਜਾਂਦੇ ਆ। ਅਤੇ ਹੁਣ ਵਾਰੀ ਆਉਂਦੀ ਆ ਗੁਰਮੁਖ ਸਿੰਘ ਹੋਰਾਂ ਦੀ। ਗੁਰਮੁਖ ਸਿੰਘ ਕੌਣ ਆ, ਜਿਹੜੇ ਰਜਵਾੜੇ ਸਰਦਾਰ ਨੇ ਅਤੇ ਬਹੁਤ ਲੰਬੀ ਸੋਚਦੇ ਆ ਵੀ ਸਿੱਖ ਰਾਜ ਨੂੰ ਅਸੀਂ ਕਿਵੇਂ ਬਚਾ ਕੇ ਰੱਖਣਾ। ਇੱਕ ਵਾਰ ਫਿਰ ਤੋਂ ਤਜਵੀਜ਼ ਰੱਖਦੇ ਆ ਸ਼ੇਰ ਸਿੰਘ ਦੇ ਅੱਗੇ ਵੀ ਸ਼ੇਰ ਸਿੰਘ ਦਾ ਆਪਾਂ ਪੁਨਰ ਵਿਆਹ ਕਰ ਦਿੰਦੇ ਹਾਂ। ਹੁਣ ਜਿਹੜਾ ਸ਼ੇਰ ਸਿੰਘ ਦਾ ਪੁਨਰ ਵਿਆਹ, ਯਾਨੀ ਕਿ ਮਹਾਰਾਜਾ ਸ਼ੇਰ ਸਿੰਘ ਨੂੰ ਕਿਹਾ ਜਾਂਦਾ ਆ ਵੀ ਤੁਹਾਡਾ ਜਿਹੜਾ ਵਿਆਹ ਆ ਉਹ ਆਪਾਂ ਚੰਦ ਕੌਰ ਦੇ ਨਾਲ ਕਰ ਦਿੰਦੇ ਹਾਂ। ਜੇ ਚੰਦ ਕੌਰ ਅਤੇ ਸ਼ੇਰ ਸਿੰਘ ਦਾ ਵਿਆਹ ਹੋ ਜਾਂਦਾ ਹੈ ਤਾਂ ਜਿਹੜੇ ਸੰਧਾਂ ਵਾਲੀਆਂ ਨੇ ਉਹ ਵੀ ਰਿਹਾ ਹੋ ਜਾਣ, ਤਾਂ ਇਹ ਦੋਵੇਂ ਜਿਹੜੀਆਂ ਤਾਕਤਾਂ ਨੇ ਮਿਲ ਕੇ ਡੋਗਰਿਆਂ ਦੀ ਤਾਕਤ ਨੂੰ ਤੋੜ ਸਕਦੇ ਆ ਅਤੇ ਸਿੱਖ ਰਾਜ ਨੂੰ ਕਾਇਮ ਰੱਖਣ ਵਾਸਤੇ ਦੋਵੇਂ ਤਾਕਤਾਂ ਇੱਕ ਮੁੱਠ ਹੋ ਕੇ ਕੰਮ ਕਰਨਗੀਆਂ। ਹੁਣ ਸ਼ੇਰ ਸਿੰਘ ਅਤੇ ਮਹਾਰਾਣੀ ਚੰਦ ਕੌਰ ਦੋਵੇਂ ਇਸ ਗੱਲ 'ਤੇ ਮੰਨ ਵੀ ਜਾਂਦੇ ਆ। ਪਰ ਜਦੋਂ ਇਸ ਗੱਲ ਦਾ ਪਤਾ ਗੁਲਾਬ ਸਿੰਘ ਡੋਗਰੀ ਨੂੰ ਲੱਗਦਾ ਤਾਂ ਉਹਨੂੰ ਬੜਾ ਫਿਕਰ ਪੈ ਜਾਂਦਾ, ਕਿਉਂਕਿ ਉਹਨੂੰ ਡਰ ਸੀ ਕਿ ਚੰਦ ਕੌਰ ਅਤੇ ਸ਼ੇਰ ਸਿੰਘ ਦਾ ਜੇ ਵਿਆਹ ਹੋ ਗਿਆ ਤਾਂ ਸਾਰਾ ਖਾਧਾ ਹੋਇਆ ਮਾਲ ਉਗਲਛਣਾ ਪੈ ਸਕਦਾ, ਜਿਹੜੀ ਮਹਾਰਾਣੀ ਦੀ ਜਗੀਰ ਹੈ ਉਹ ਵੀ ਵਾਪਸ ਦੇਣੀ ਪਵੇਗੀ। ਉਹਨੇ ਚੰਦ ਕੌਰ ਨੂੰ ਇਸ ਗੱਲ 'ਤੇ ਭੜਕਾਉਣਾ ਸ਼ੁਰੂ ਕਰਦਾ ਕਿ ਮਹਾਰਾਜਾ ਸ਼ੇਰ ਸਿੰਘ ਤਾਂ ਇਸ ਬਹਾਨੇ ਵਿਆਹ ਕਰਵਾ ਰਿਹਾ ਕਿ ਉਹ ਤੈਨੂੰ ਮਾਰ ਸਕੇ ਅਤੇ ਤੇਰੀ ਨੂੰਹ ਨੂੰ ਵੀ ਮਾਰਨਾ ਚਾਹੁੰਦਾ, ਅਤੇ ਇਸ ਸਾਰੀ ਵਿਉਂਤ ਦਾ ਪਤਾ ਮੈਨੂੰ ਰਾਜਾ ਧਿਆਨ ਸਿੰਘ ਦੇ ਕੋਲੋਂ ਲੱਗਿਆ। ਅਤੇ ਇੰਨੀ ਗੱਲ ਸੁਣ ਕੇ ਚੰਦ ਕੌਰ ਇਹ ਵਿਆਹ ਤੋਂ ਇਨਕਾਰ ਕਰ ਦਿੰਦੀ ਆ ਵੀ ਸ਼ੇਰ ਸਿੰਘ ਤਾਂ ਮੈਨੂੰ ਮਾਰਨਾ ਚਾਹੁੰਦਾ, ਇਹ ਕਾਰਜ ਫਿਰ ਸਿਰੇ ਨਹੀਂ ਚੜ੍ਹਦਾ, ਵਿਆਹ ਨਹੀਂ ਹੋ ਪਾਉਂਦਾ। ਅਤੇ ਹੁਣ ਗੁਲਾਬ ਸਿੰਘ ਨੇ ਧਿਆਨ ਸਿੰਘ ਨੂੰ ਕਿਹਾ ਕਿ ਜਲਦੀ ਜਲਦੀ ਜਿੰਨਾ ਜਲਦੀ ਹੋ ਸਕੇ ਚੰਦ ਕੌਰ ਅਤੇ ਬੀਬੀ ਨਾਨਕੀ, ਹੁਣ ਬੀਬੀ ਨਾਨਕੀ ਕੌਣ ਹੈ, ਨੌ ਨਿਹਾਲ ਦੀ ਘਰ ਵਾਲੀ ਅਤੇ ਜਿਹੜਾ ਸ਼ਾਮ ਸਿੰਘ ਅਟਾਰੀ ਸੀ ਉਹਦੀ ਇਹ ਪੁੱਤਰੀ ਹੈ, ਇਹਨਾਂ ਦਾ ਵਿਆਹ ਹੋਇਆ ਸੀ। ਅਤੇ ਬੀਬੀ ਨਾਨਕੀ ਦੇ ਵਿਰੁੱਧ ਡੋਗਰਿਆਂ ਦੀ ਇੱਕ ਗੰਦੀ ਰਾਜਨੀਤੀ ਚੱਲਦੀ ਹੈ। ਇੱਕ ਦਿਨ ਧਿਆਨ ਸਿੰਘ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਕਿਹਾ ਕਿ ਮਹਾਰਾਜ ਦਾਸ ਨੇ ਤੁਹਾਨੂੰ ਪੰਜਾਬ ਦਾ ਤਖ਼ਤ ਦਿੱਤਾ ਹੈ, ਪਰ ਇਹਨੂੰ ਹੁਣ ਸਾਂਭ ਕੇ ਰੱਖਣਾ ਤਾਂ ਆਪ ਜੀ ਦਾ ਆਪਣਾ ਕੰਮ ਹੈ। ਉਹ ਕਹਿੰਦਾ ਮੈਨੂੰ ਇੱਕ ਡਰ ਹੈ, ਧਿਆਨ ਸਿੰਘ ਕਹਿੰਦਾ। ਹੁਣ ਇੱਥੇ ਸ਼ੇਰ ਸਿੰਘ ਕਹਿੰਦਾ ਵੀ ਕੀ ਡਰ ਹੈ ਤੈਨੂੰ? ਫਿਰ ਇੱਥੇ ਧਿਆਨ ਸਿੰਘ ਕਹਿੰਦਾ ਕਿ ਪਰਮਾਤਮਾ ਕਰੇ
ਵੀ ਤੁਸੀਂ ਸਦਾ ਸਲਾਮਤ ਰਹੋ। ਪਰ ਜੇ ਕੰਵਰ ਨੂੰ ਨਿਹਾਲ ਦੇ ਘਰ ਲੜਕਾ ਹੋ ਗਿਆ, ਪਹਿਲੇ ਵੀ ਜ਼ਿਕਰ ਕੀਤਾ ਨਾ ਵੀ ਜਿਹੜੀ ਬੀਬੀ ਨਾਨਕੀ ਆ ਉਹ ਗਰਭਵਤੀ ਹੈ, ਜੇ ਉਹਦੀ ਕੁੱਖ ਦੇ ਵਿੱਚੋਂ ਲੜਕਾ ਹੋ ਜਾਂਦਾ, ਯਾਨੀ ਕਿ ਨੂੰਹ ਨਿਹਾਲ ਦੇ ਘਰ ਪੁੱਤ ਹੋ ਜਾਂਦਾ, ਤਾਂ ਅਸਲੀ ਵਾਰਸ ਫਿਰ ਤਖ਼ਤ ਦਾ ਉਹ ਹੋਊਗਾ। ਤਾਂ ਫਿਰ ਸ਼ੇਰ ਸਿੰਘ ਕਹਿੰਦਾ ਕਿ ਫਿਰ ਕੀ ਹੋਊਗਾ ਜੇ ਲੜਕਾ ਹੋ ਗਿਆ। ਧਿਆਨ ਸਿੰਘ ਕਹਿੰਦਾ ਰਾਜ ਦਾ ਅਸਲੀ ਜਿਹੜਾ ਹੱਕਦਾਰ ਹੈ ਉਹ ਫਿਰ ਖਾਲਸਾ ਫੌਜ ਉਸ ਦੀ ਮਦਦ ਕਰਨਗੀਆਂ ਅਤੇ ਤੁਹਾਨੂੰ ਕਿਸੇ ਮੁਸ਼ਕਲ ਦੇ ਵਿੱਚ ਫਸਾ ਸਕਦਾ ਉਹ ਜਿਹੜਾ ਬੱਚਾ ਆਉਣ ਵਾਲਾ। ਸ਼ੇਰ ਸਿੰਘ ਕਹਿੰਦਾ ਫਿਰ ਇਹਦਾ ਇਲਾਜ ਕੀ ਹੈ? ਧਿਆਨ ਸਿੰਘ ਕਹਿੰਦਾ ਕਿ ਇੱਕੋ ਇਲਾਜ ਹੈ, ਜਿਸ ਬਾਲ ਨੇ ਅਜੇ ਜੰਮਣਾ ਅਤੇ ਫਿਰ ਉਹਨੇ ਤੁਹਾਡਾ ਮੁਕਾਬਲਾ ਕਰਨਾ, ਤੁਸੀਂ ਉਹਨੂੰ ਜੰਮਣ ਤੋਂ ਪਹਿਲਾਂ ਹੀ ਕਿਉਂ ਨਹੀਂ ਸੰਭਾਲ ਲੈਂਦੇ? ਹੁਣ ਇਸ ਕਪਟ ਦੇ ਵਿੱਚ ਵੀ ਧਿਆਨ ਸਿੰਘ ਕਾਮਯਾਬ ਹੋ ਜਾਂਦਾ, ਗੱਲਾਂ ਦੇ ਵਿੱਚ ਆ ਜਾਂਦਾ ਸ਼ੇਰ ਸਿੰਘ। ਇੱਕ ਸ਼ਾਹੀ ਦਾਈ ਨੂੰ ਬੁਲਾਇਆ ਜਾਂਦਾ, ਇਹ ਮਿਲ ਕੇ ਬੀਬੀ ਨਾਨਕੀ ਜਿਹੜੀ ਕੰਵਰ ਨੂੰ ਨਿਹਾਲ ਦੀ ਰਾਣੀ ਹੈ ਅਤੇ ਸ਼ਾਮ ਸਿੰਘ ਅਟਾਰੀ ਦੀ ਲੜਕੀ ਹੈ, ਉਹਨੂੰ ਜ਼ਹਿਰ ਦੇ ਦਿੰਦੇ ਆ। ਐਸੀ ਗਿਰੀ ਹੋਈ ਹਰਕਤ ਇਹ ਡੋਗਰੇ ਕਰਦੇ ਆ। ਇਹ ਬਿਰਤਾਂਤ ਦੇ ਵਿੱਚ ਬੀਬੀ ਨਾਨਕੀ ਜਿਹੜੀ ਹੈ ਉਹਦੇ ਜਿਹੜਾ ਬੱਚਾ ਪਲ ਰਿਹਾ ਸੀ ਕੁੱਖ ਦੇ ਵਿੱਚ ਉਹ ਉੱਥੇ ਹੀ ਮਰ ਜਾਂਦਾ, ਉਹਦੇ ਪ੍ਰਾਣ ਕੁਛ ਹੀ ਸਮੇਂ 'ਚ ਨਿਕਲ ਜਾਂਦੇ ਆ। ਅਤੇ ਜਿਹੜੀ ਬੀਬੀ ਨਾਨਕੀ ਆ ਹੋਰ ਦੁੱਖ ਹੰਢਾਉਣ ਵਾਸਤੇ ਕੁਝ ਸਮੇਂ ਵਾਸਤੇ ਜਿਉਂਦੀ ਰਹਿੰਦੀ ਹੈ। ਹੁਣ ਜਦ ਇਸ ਕਰਤੂਤ ਦੇ ਵਿਰੋਧ ਵਿੱਚ ਸ਼ਹਿਰ ਦੇ ਵਿੱਚ ਰੌਲਾ ਪੈ ਜਾਂਦਾ ਤਾਂ ਧਿਆਨ ਸਿੰਘ ਨੇ 5-7 ਪਹਾੜਨਾ ਜਿਨ੍ਹਾਂ ਨੂੰ ਬੱਚੇ ਹੋਣ ਵਾਲੇ ਸੀ ਦਰਬਾਰ ਦੇ ਵਿੱਚ ਬੁਲਾ ਕੇ ਲਾਲਚ ਦਿੱਤੇ ਅਤੇ ਇਹ ਆਖ ਦਿੱਤਾ ਕਿ ਤੁਸੀਂ ਸਾਰਿਆਂ ਨੂੰ ਕਹੋ ਵੀ ਚੰਦ ਕੌਰ ਨੇ ਸਾਨੂੰ ਇਸ ਵਾਸਤੇ ਮਹਿਲਾਂ ਦੇ ਵਿੱਚ ਰੱਖਿਆ ਹੋਇਆ ਸੀ ਕਿ ਸਾਡੇ ਵਿੱਚੋਂ ਜਿਹਦੇ ਘਰ ਵੀ ਲੜਕਾ ਹੋਊਗਾ ਉਹ ਬੀਬੀ ਨਾਨਕੀ ਦੀ ਗੋਦ ਵਿੱਚ ਪਾ ਕੇ ਕੰਵਰ ਦਾ ਪੁੱਤਰ ਪ੍ਰਸਿੱਧ ਕਰ ਦਿੱਤਾ ਜਾਵੇਗਾ, ਯਾਨੀ ਕਿ ਕਿਹਾ ਜਾਊਗਾ ਵੀ ਇਹ ਨੌਨਿਹਾਲ ਦਾ ਲੜਕਾ ਹੈ। ਇਹ ਡੋਗਰਿਆਂ ਦੀ ਚਾਲ ਸੀ, ਨਹੀਂ ਤਾਂ ਜਿਹੜਾ ਇਤਿਹਾਸ ਦੇ ਵਿੱਚ ਜਿਹੜੀ ਸੱਚਾਈ ਹੈ ਉਹ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ ਵੀ ਕਿਵੇਂ ਬੀਬੀ ਨਾਨਕੀ ਨੂੰ ਜਿਹੜੀ ਜ਼ਹਿਰੀਲੀ ਚੀਜ਼ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹ ਬੱਚਾ ਜਿਹਨੇ ਜਨਮ ਲੈਣਾ ਸੀਗਾ ਉਹ ਕੁੱਖ ਦੇ ਵਿੱਚ ਹੀ ਮਾਰ ਦਿੰਦੀ। ਹੁਣ ਧਿਆਨ ਸਿੰਘ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਚੰਦ ਕੌਰ ਦੇ ਵਿਰੁੱਧ ਭੜਕਾਉਣਾ ਲਗਾਤਾਰ ਜਾਰੀ ਰੱਖਿਆ ਅਤੇ ਉੱਧਰ ਚੰਦ ਕੌਰ ਦੇ ਖਿਲਾਫ ਸਾਜ਼ਿਸ਼ਾਂ ਜਿਹੜੀਆਂ ਰਚੀਆਂ ਜਾ ਰਹੀਆਂ ਸੀ ਅਤੇ ਸ਼ੇਰ ਸਿੰਘ ਧਿਆਨ ਸਿੰਘ ਦੇ ਪੱਤੇ 'ਤੇ ਚੜ੍ਹ ਚੁੱਕਿਆ ਸੀ ਅਤੇ ਚੰਦ ਕੌਰ ਦੇ ਮਰਵਾਉਣ ਦੀਆਂ ਤਜਵੀਜ਼ਾਂ ਸ਼ੁਰੂ ਹੋ ਗਈਆਂ ਸੀ ਹੋਣੀਆਂ। ਚੰਦ ਕੌਰ ਦੀਆਂ 4 ਖਾਸ ਗੋਲੀਆਂ ਸੀ ਜਿਹਨਾਂ ਦਾ ਨਾਮ ਸੀਗਾ ਆਸੋ, ਭਾਗੋ, ਬਦਾਮੋ ਅਤੇ ਪੈਰੋਂ। ਇਹ ਪਹਾੜਨਾ ਸਨ ਚਾਰੇ ਜਿਹੜੀਆਂ ਹਮੇਸ਼ਾ ਮਹਾਰਾਣੀ ਦੇ ਨਾਲ ਰਹਿੰਦੇ ਚੰਦ ਕੌਰ ਦੇ ਨਾਲ। ਉਹਨਾਂ ਨੂੰ ਇਹਨਾਂ ਡੋਗਰਿਆਂ ਨੇ ਅਤੇ ਸ਼ੇਰ ਸਿੰਘ ਮਹਾਰਾਜੇ ਨੇ ਕਿਹਾ ਵੀ ਚੰਦ ਕੌਰ ਨੂੰ ਮਾਰ ਦਿਓ ਅਤੇ ਇਸ ਦੇ ਬਦਲੇ ਤੁਹਾਨੂੰ 5,000 ਨਗਦ ਇਨਾਮ ਦੇਵਾਂਗੇ। ਉਸ ਸਮੇਂ 5,000 ਤੁਸੀਂ ਅੰਦਾਜ਼ਾ ਲਓ ਵੀ ਕਿੰਨਾ ਹੋਊਗਾ। ਅਤੇ ਇੱਥੇ ਬਸ ਨਹੀਂ, ਉਹਨਾਂ ਨੂੰ ਜਾਗੀਰਾਂ ਦੇ ਵੀ ਲਾਲਚ ਦਿੱਤੇ ਗਏ ਵੀ ਤੁਹਾਨੂੰ 5,000 ਰੁਪਇਆ ਅਤੇ ਜਾਗੀਰਾਂ ਦਿੱਤੀਆਂ ਜਾਣਗੀਆਂ ਅਤੇ ਜੇ ਤੁਸੀਂ ਇਹ ਕੰਮ ਨਹੀਂ ਕਰੋਗੇ ਤਾਂ ਤੁਹਾਨੂੰ ਕਤਲ ਕਰ ਦਿੱਤਾ ਜਾਊਗਾ। ਹੁਣ ਦੇਖੋ ਦੋਨਾਂ ਤਰ੍ਹਾਂ ਤੋਂ ਉਹਨਾਂ ਨੂੰ ਘੇਰ ਲਿਆ। ਉਹਨਾਂ ਨੇ ਮੌਤ ਤੋਂ ਡਰ ਕੇ ਅਤੇ ਮਾਇਆ ਦੇ ਜਾਲ ਦੇ ਵਿੱਚ ਫਸ ਕੇ ਚੰਦ ਕੌਰ ਦੀ ਜਾਨ ਲੈਣੀ ਪ੍ਰਵਾਨ ਕਰ ਲਈ। ਹੁਣ ਮਾਇਆ ਜਿਹੜੀ ਆ ਨਾ, ਮਾਇਆ ਦੀ ਮਾਰ ਮਿੱਤਰ ਨੂੰ ਵੈਰੀ ਅਤੇ ਵੈਰੀ ਨੂੰ ਮਿੱਤਰ ਬਣਾ ਦਿੰਦੀ ਆ। ਗਰਮੀਆਂ ਦਾ ਸਮਾਂ ਸੀ, ਮਹਾਰਾਣੀ ਚੰਦ ਕੌਰ ਨੂੰ ਸ਼ਰਬਤ ਦੇ ਵਿੱਚ ਮਿਲਾ ਕੇ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਜ਼ਹਿਰ ਦੀਆਂ। ਗਲਾਸ ਮੂੰਹ ਨੂੰ ਲਾਉਂਦੀ ਆ ਮਹਾਰਾਣੀ ਚੰਦ ਕੌਰ ਤਾਂ ਬੇਸਵਾਦਾ ਲੱਗਦਾ ਅਤੇ ਉਹ ਇਹਨੂੰ ਪੀਣ ਤੋਂ ਇਨਕਾਰ ਕਰ ਦਿੰਦੀ ਆ। ਪਰ ਦਿਲ ਦੇ ਵਿੱਚ ਕੋਈ ਸ਼ੱਕ ਨਹੀਂ ਪੈਦਾ ਹੋਇਆ ਕਿਉਂਕਿ ਉਹ ਹਮੇਸ਼ਾ ਗੋਲੀਆਂ ਜਿਹੜੀਆਂ ਨੇ ਉਹ ਮਹਾਰਾਣੀ ਦੇ ਨਾਲ ਰਹਿੰਦੀਆਂ ਸੀ, ਇੱਕ ਵਿਸ਼ਵਾਸ ਬਣਿਆ ਹੋਇਆ ਸੀ ਵੀ ਇਹ ਇੱਦਾਂ ਨਹੀਂ ਕਰ ਸਕਦੀ। ਇਸ ਹੱਲਿਓਂ ਤਾਂ ਮਹਾਰਾਣੀ ਬਚ ਜਾਂਦੀ ਆ, ਪਰ ਜੇ ਪਾਪਣਾ ਹੱਥ ਧੋ ਕੇ ਮਗਰ ਲੱਗੀਆਂ ਹੋਈਆਂ ਸੀ ਉਹ ਕਦੋਂ ਤੱਕ ਖੈਰ ਗੁਜ਼ਾਰ ਮਹਾਰਾਣੀ ਚੰਦ ਕੌਰ।
ਤੇ ਇੱਕ ਉਹ ਭਾਗਾ ਸਮਾਂ ਆਉਂਦਾ ਬੁੱਧਵਾਰ ਦਾ ਦਿਨ 28 ਜੇਠ ਦੀ ਅੱਧੀ ਕੁ ਰਾਤ ਨੂੰ ਚੰਦ ਕੌਰ ਪਲੰਗ ਦੇ ਉੱਤੇ ਬੇਫਿਕਰ ਹੋ ਕੇ ਸੋ ਰਹੀ ਹੈ ਅਤੇ ਜਿਹੜੀਆਂ ਚਾਰ ਗੋਲੀਆਂ ਨੇ 12 ਕੁ ਸੇਰ ਕੱਚੇ ਪੱਕਾ ਤੋਲ ਪੰਜ ਸੇਰ ਦਾ ਪੱਥਰ ਲੈ ਕੇ ਕਾਲ ਰੂਪ ਧਾਰਨ ਕਰਕੇ ਇਸ ਚੰਦ ਕੌਰ 'ਤੇ ਚੜੀਆਂ ਆਉਂਦੀਆਂ ਅਤੇ ਕੁੱਟ ਕੁੱਟ ਕੇ ਉਹਦਾ ਸਿਰ ਫੇ ਦਿੰਦੀਆਂ। ਹੁਣ ਚੰਦ ਕੌਰ ਇੱਥੇ ਤੜਫ ਰਹੀ ਹੈ, ਨਾ ਸਵਾਸ ਪੂਰੇ ਹੋ ਰਹੇ ਨੇ ਨਾ ਜਿੰਦ ਬਚ ਰਹੀ ਹੈ। 3 ਦਿਨ ਇਸੇ ਹਾਲਤ ਦੇ ਵਿੱਚ ਚੰਦ ਕੌਰ ਦੇ ਬੀਤਦੇ ਆ। ਉੱਧਰ ਰਾਜਾ ਧਿਆਨ ਸਿੰਘ ਚੰਦ ਕੌਰ ਦੇ ਕੋਲ ਆਉਂਦਾ, ਬੈਠਦਾ, ਗੱਲ ਕਰਦਾ ਕਿ ਮਹਾਰਾਣੀ ਹੁਕਮ ਕਰੋ, ਜਿਸ ਪਾਪੀ ਨੇ ਤੁਹਾਡੇ ਨਾਲ ਇਹ ਜ਼ੁਲਮ ਕੀਤਾ ਮੈਂ ਉਸਨੂੰ ਜਿਉਂਦੇ ਨੂੰ ਨਰਕੀ ਪਹੁੰਚਾ ਦੇਵਾਂਗਾ। ਹੁਣ ਮਹਾਰਾਣੀ ਨੇ ਪਾਸਾ ਪਰਤ ਕੇ ਦੇਖਿਆ, ਧਿਆਨ ਸਿੰਘ ਨੂੰ ਦੇਖਿਆ ਤਾਂ ਉਹਦੇ ਵਿੱਚੋਂ ਪੁੱਤਰ ਦਾ ਕਾਤਲ ਨਜ਼ਰ ਆ ਰਿਹਾ ਸੀ, ਤਾਂ ਫਿਰ ਮੂੰਹ ਫੇਰ ਲੈਂਦੀ ਹੈ ਅਤੇ ਕੁਝ ਚਿਰ ਪਿੱਛੋਂ ਮਹਾਰਾਣੀ ਚੰਦ ਕੌਰ ਕਹਿੰਦੀ ਹੈ ਕਿ ਧਿਆਨ ਸਿੰਘਾ ਹੁਣ ਤੇਰੀ ਹਮਦਰਦੀ ਦੀ ਸਾਨੂੰ ਲੋੜ ਨਹੀਂ। ਧਿਆਨ ਸਿੰਘ ਨੇ ਫਿਰ ਕਿਹਾ ਵੀ ਜੇ ਤੁਹਾਡੀ ਕੋਈ ਅੰਤਿਮ ਇੱਛਾ ਤਾਂ ਦੱਸੋ ਜੋ ਮੈਂ ਪੂਰੀ ਕਰ ਸਕਾਂ, ਹੈ ਨਾ। ਤਾਂ ਜਿਹੜੀ ਇੱਕ ਧੀਮੀ ਜਿਹੀ ਆਵਾਜ਼ ਦੇ ਵਿੱਚ ਚੰਦ ਕੌਰ ਉੱਤਰ ਦਿੰਦੀ ਹੈ ਵੀ ਮੈਂ ਵੀ ਇੱਕ ਛਾਤੀ ਦੇ ਵਿੱਚ ਦਿਲ ਰੱਖਦੀ ਹਾਂ ਅਤੇ ਦਿਲ ਦੇ ਵਿੱਚ ਬੜੇ ਅਰਮਾਨ ਹੁੰਦੇ ਆ, ਮੈਂ ਵੀ ਚਾਹੁੰਦੀ ਹਾਂ ਵੀ ਮੇਰੀਆਂ ਕੁਝ ਇੱਛਾ ਨੇ ਜਿਹੜੀਆਂ ਖੁਆਇਸ਼ਾਂ ਜਿਹੜੀਆਂ ਨੇ ਉਹ ਪੂਰੀਆਂ ਹੋਣ, ਪਰ ਉਹ ਤੂੰ ਨਹੀਂ ਪੂਰੀਆਂ ਕਰ ਸਕਦਾ, ਪਰਮਾਤਮਾ ਪੂਰੀ ਕਰੇ। ਤਾਂ ਮੇਰੀ ਅੰਤਿਮ ਇੱਛਾ ਇਹ ਹੈ ਕਿ ਜਿਵੇਂ ਮੇਰੇ ਪੁੱਤਰ ਨੂੰ ਪਾਣੀ ਲਈ ਤਰਸਣਾ ਪਿਆ ਸੀ ਮਰਦੇ ਸਮੇਂ, ਉਵੇਂ ਤੂੰ ਵੀ ਪਾਣੀ ਨੂੰ ਤਰਸੀ, ਉਵੇਂ ਤੂੰ ਵੀ ਪਾਣੀ ਕਰਦਾ ਜਹਾਨੋਂ ਜਾ। ਇਹ ਕੁਝ ਕਹਿੰਦਿਆਂ ਹੋਇਆਂ ਮਹਾਰਾਣੀ ਚੰਦ ਕੌਰ ਦੇ ਸਵਾਸ ਪੂਰੇ ਹੋ ਜਾਂਦੇ ਆ। ਦਿਨ ਸ਼ਨੀਵਾਰ 31 ਜੇਠ 1899 ਬਿਕਰਮੀ 13 ਜੂਨ ਅਤੇ 1842 ਈਸਵੀ ਨੂੰ ਮਹਾਰਾਣੀ ਅਕਾਲ ਚਲਾਣਾ ਕਰ ਜਾਂਦੀ ਹੈ। 32 ਜੇਠ ਵਾਲੇ ਦਿਨ ਉਸ ਦਾ ਸੰਸਕਾਰ ਕੀਤਾ ਜਾਂਦਾ ਹੈ। ਸਾਰੇ ਸ਼ਹਿਰ ਦੇ ਵਿੱਚ ਰੌਲਾ ਪੈ ਜਾਂਦਾ ਕਿ ਕਾਰਾ ਜਿਹੜਾ ਉਹ ਸਿਰਫ ਗੋਲੀਆਂ ਨੇ ਕੀਤਾ ਸੀ, ਸਗੋਂ ਧਿਆਨ ਸਿੰਘ ਦਾ ਵੀ ਇਹਦੇ ਵਿੱਚ ਵੱਡਾ ਹੱਥ। ਹੁਣ ਦੇਖੋ ਜਿਹੜਾ ਧਿਆਨ ਸਿੰਘ ਇੱਥੇ ਇੱਕ ਹੋਰ ਚਾਲ ਚੱਲਦਾ ਵੀ ਮੇਰੇ 'ਤੇ ਗੱਲ ਆ ਰਹੀ ਆ। ਹੁਣ ਉਹ ਇੱਥੇ ਕੀ ਕਰਦਾ, ਗੋਲੀਆਂ ਨੂੰ ਸਜ਼ਾ ਦੇਣੀ ਚਾਹੁੰਦਾ ਵੀ ਲੋਕਾਂ ਨੂੰ ਲੱਗੇ ਵੀ ਇਹਨਾਂ ਗੋਲੀਆਂ ਨੇ ਇਹ ਕੰਮ ਕੀਤਾ ਸੀ ਅਤੇ ਧਿਆਨ ਸਿੰਘ ਨੇ ਇਹਨਾਂ ਨੂੰ ਫਿਰ ਸਜ਼ਾ ਦਿੱਤੀ। ਹੁਣ ਗੋਲੀਆਂ ਨੂੰ ਸਜ਼ਾ ਦੇਖੋ ਕਿੱਦਾਂ ਦੀ ਦਿੰਦਾ, ਕਿਉਂਕਿ ਬਹੁਤ ਲੋਕਾਂ ਦੇ ਨਾਲ ਉਹਨੇ ਇਕਰਾਰ ਕੀਤੇ ਹੋਏ ਸੀ। ਕਿਹੋ ਜਿਹੇ ਇਕਰਾਰ ਕੀਤੇ ਸੀ ਮੈਂ ਪਹਿਲੇ ਵੀ ਦੱਸਿਆ ਵੀ ਕਹਿੰਦਾ ਵੀ 5-5 ਲੱਖ ਜਿਹੜੀ ਇਨਾਮ ਦਿੱਤੇ ਜਾਣਗੇ, ਜਗੀਰਾਂ ਦਿੱਤੀਆਂ ਜਾਣਗੀਆਂ। ਪਰ ਹੁਣ ਦੇਖੋ ਉਹ ਕਿੱਦਾਂ ਦੀ ਇਹਨਾਂ ਨੂੰ ਜਿਹੜੀ ਸਜ਼ਾ ਦੇ ਰਿਹਾ। ਉਹ ਕੀ ਕਰਦਾ, ਦਰਬਾਰ ਦੇ ਵਿੱਚ ਇਹਨਾਂ ਗੋਲੀਆਂ ਨੂੰ ਬੁਲਾਉਂਦਾ ਅਤੇ ਮਹਾਰਾਣੀ ਦੀਆਂ ਕਾਤਲ ਠਹਿਰਾ ਦਿੰਦਾ, ਸਜ਼ਾ ਦਿੱਤੀ ਜਾਂਦੀ ਹੈ। ਕਿਸੇ ਦਾ ਨੱਕ ਵੱਢ ਦਿੰਦਾ, ਕਿਸੇ ਦਾ ਕੰਨ ਵਢਵਾ ਦਿੰਦਾ, ਹੱਥ ਪੈਰ ਵਢਵਾ ਦਿੰਦਾ ਅਤੇ ਕਸ਼ਮੀਰੀ ਦਰਵਾਜ਼ਿਓਂ ਬਾਹਰ ਪਿੱਪਲਾਂ ਹੇਠ ਉਹਨਾਂ ਨੂੰ ਸੁੱਟਵਾ ਦਿੰਦਾ। ਹੁਣ ਜ਼ਖਮੀ ਪਈਆਂ ਗੋਲੀਆਂ ਜਿਹੜੀਆਂ ਨੇ ਆਉਂਦੇ ਜਾਂਦੇ ਰਾਹੀਆਂ ਦੇ ਅੱਗੇ ਦੁਹਾਈ ਪਾਉਂਦੀਆਂ ਨੇ। ਉਹ ਕਹਿੰਦੀਆਂ ਵੀ ਇਸੇ ਧਿਆਨ ਸਿੰਘ ਨੇ ਸਾਨੂੰ ਕਿਹਾ ਸੀ ਵੀ ਚੰਦ ਕੌਰ ਦਾ ਕਤਲ ਕਰੋ, ਨਹੀਂ ਤਾਂ ਅਸੀਂ ਤੁਹਾਡਾ ਕਤਲ ਕਰ ਦੇਵਾਂਗੇ। ਇਹ ਕਾਰਾ ਧਿਆਨ ਸਿੰਘ ਨੇ ਸਾਡੇ ਹੱਥੋਂ ਕਰਵਾਇਆ, ਅਸੀਂ ਮੌਤ ਤੋਂ ਡਰਦਿਆਂ ਨੇ ਉਹ ਵਿਚਾਰੀ ਦੀ ਜਾਨ ਲੈ ਲਈ, ਤਾਂ ਹੁਣ ਸਾਨੂੰ ਇਸ ਮੌਤੇ ਮਰਨਾ ਪਿਆ ਹੈ। ਜਦੋਂ ਇਹ ਗੱਲ ਦਾ ਪਤਾ ਧਿਆਨ ਸਿੰਘ ਨੂੰ ਲੱਗਦਾ ਵੀ ਇੱਦਾਂ ਉਹ ਜਿਹੜੀਆਂ ਗੋਲੀਆਂ ਨੇ ਮੇਰੇ ਖਿਲਾਫ ਲੋਕਾਂ ਨੂੰ ਭੜਕਾ ਰਹੀਆਂ ਨੇ, ਤਾਂ ਉਹ ਚੌਹਾਂ ਨੂੰ ਰਾਤੀ ਟੁਕੜੇ ਟੁਕੜੇ ਕਰਵਾ ਕੇ ਰਾਵੀ ਦਰਿਆ ਦੀ ਭੇਟ ਚਾੜ ਦਿੰਦਾ। ਹੁਣ ਇੱਥੇ ਧਿਆਨ ਸਿੰਘ ਖੁੱਲੀਆਂ ਮਨਮਰਜ਼ੀਆਂ ਕਰਨੀਆਂ ਸ਼ੁਰੂ ਕਰ ਦਿੰਦਾ। ਮਹਾਰਾਜਾ ਸ਼ੇਰ ਸਿੰਘ ਜੇ ਮਾੜਾ ਮੋਟਾ ਰੋਕਣ ਦੀ ਕੋਸ਼ਿਸ਼ ਵੀ ਕਰਦੇ ਤਾਂ ਦੋਹਾਂ ਦੀ ਲੱਗਣ ਲੱਗ ਜਾਂਦੀ। ਹੁਣ ਇੱਥੇ ਇੱਕ ਵਾਰ ਫੇਰ ਗੁਰਮੁਖ ਸਿੰਘ ਜਿਹੜਾ ਉਹ ਮਹਾਰਾਜੇ ਦੇ ਨਾਲ ਗੱਲਬਾਤ ਕਰਦਾ ਕਿ ਡੋਗਰਿਆਂ ਦਾ ਜੇ ਮੂੰਹ ਭੰਨਣਾ, ਬੰਦ ਕਰਨਾ ਮੂੰਹ ਇਹਨਾਂ ਦਾ, ਤਾਂ ਸੰਧਾਂ ਵਾਲੀਆਂ ਨੂੰ ਬਾਹਰ ਕੱਢੋ, ਉਹਨਾਂ ਨੂੰ ਜਗੀਰਾਂ 'ਤੇ ਬਹਾਲ ਕਰੋ। ਅਤੇ ਮਹਾਰਾਜੇ ਦੀ ਵੀ ਇਹ ਗੱਲ ਜੱਚ ਜਾਂਦੀ ਹੈ, ਦਿਲ ਨੂੰ ਲੱਗਦੀ ਹੈ ਗੱਲ।
ਉਹਨੇ ਕੀ ਕੀਤਾ, ਸੰਧਾ ਵਾਲੀਏ ਜਿਹੜੇ ਕੈਦ ਕੀਤੇ ਸੀ ਉਹਨਾਂ ਨੂੰ ਰਿਹਾਅ ਕਰ ਦਿੰਦਾ, ਉਹਨਾਂ ਦੀਆਂ ਜਗੀਰਾਂ ਜਿਹੜੀਆਂ ਉਹਨਾਂ ਨੂੰ ਵਾਪਸ ਕਰ ਦਿੰਦਾ। ਹੁਣ ਲਹਿਣਾ ਸਿੰਘ ਅਤੇ ਕੈਰ ਸਿੰਘ ਕੈਦ ਵਿੱਚੋਂ ਰਿਹਾਅ ਹੋ ਗਏ। ਅਜੀਤ ਸਿੰਘ ਬਾਹਰੋਂ ਆ ਗਿਆ, ਸਰਦਾਰ ਅਤਰ ਸਿੰਘ ਫਿਲਹਾਲ ਨਹੀਂ ਆਉਂਦਾ, ਉਹ ਉਦੋਂ ਆਉਂਦਾ ਜਦੋਂ ਕਤਲ ਹੋ ਜਾਂਦਾ। ਇਹਨਾਂ ਤਿੰਨਾਂ ਨੂੰ 6 ਲੱਖ ਦੀ ਜਗੀਰ ਵੀ ਦਿੱਤੀ ਜਾਂਦੀ ਹੈ। 1843 ਦੀਆਂ ਗਰਮੀਆਂ ਦੇ ਵਿੱਚ ਸੰਧਾ ਵਾਲੀਏ ਯਾਨੀ ਕਿ ਲਹਿਣਾ ਸਿੰਘ, ਅਜੀਤ ਸਿੰਘ, ਕੈਰ ਸਿੰਘ ਆਪੋ ਆਪਣੇ ਅਹੁਦਿਆਂ 'ਤੇ ਮੁੜ ਤੋਂ ਬੈਠ ਜਾਂਦੇ। ਹੁਣ ਇੱਥੇ ਸ਼ੇਰ ਸਿੰਘ ਅਤੇ ਧਿਆਨ ਸਿੰਘ ਖੁੱਲ੍ਹਮ ਖੁੱਲ੍ਹਾ ਲੱਗਣ ਲੱਗ ਜਾਂਦਾ ਇੱਕ ਦੂਜੇ ਨਾਲ। ਧਿਆਨ ਸਿੰਘ ਚਾਹੁੰਦਾ ਸੀ ਕਿ ਸ਼ੇਰ ਸਿੰਘ ਨੂੰ ਬਿੱਲੇ ਲਾ ਕੇ ਤਖ਼ਤ 'ਤੇ ਕਿਸੇ ਹੋਰ ਨੂੰ ਬਿਠਾਈਏ, ਅਤੇ ਸ਼ੇਰ ਸਿੰਘ ਚਾਹੁੰਦਾ ਸੀ ਕਿ ਧਿਆਨ ਸਿੰਘ ਵਾਲਾ ਕੀਰਤਨ ਸੋਲਾ ਪੜ੍ਹ ਕੇ ਡੋਗਰਿਆਂ ਦੇ ਅਸਰ ਹੇਠੋਂ ਮੈਂ ਆਜ਼ਾਦ ਹੋ ਜਾਵਾਂ। ਅਤੇ ਉੱਧਰ ਸੰਧਾ ਵਾਲੀਏ ਲਹਿਣਾ ਸਿੰਘ ਅਤੇ ਅਜੀਤ ਸਿੰਘ ਇਹ ਕਸਮ ਖਾਈ ਫਿਰਦੇ ਸੀ ਕਿ ਜਦ ਤੱਕ ਮਹਾਰਾਜੇ ਅਤੇ ਵਜ਼ੀਰ ਦੋਨਾਂ ਦਾ ਖਾਤਮਾ ਨਹੀਂ ਕਰ ਲੈਂਦੇ, ਸੱਜੇ ਹੱਥ ਨਾਲ ਰੋਟੀ ਨਹੀਂ ਖਾਣੀ। ਅਤੇ ਇੱਕ ਦਿਨ ਬੇਈਮਾਨੀ ਦਾ ਪੁਤਲਾ ਧਿਆਨ ਸਿੰਘ ਲਹਿਣਾ ਸਿੰਘ ਨੂੰ ਕਹਿੰਦਾ ਕਿ ਸ਼ੇਰ ਸਿੰਘ, ਮਹਾਰਾਜੇ ਨੇ ਭਾਵੇਂ ਤੁਹਾਨੂੰ ਜਗੀਰਾਂ ਦਿੱਤੀਆਂ ਨੇ, ਮੁੜ ਤੋਂ ਰਿਹਾਅ ਕਰਤਾ, ਪਰ ਭਾਈਆ ਜੀ ਜਿਹੜਾ ਸ਼ੇਰ ਸਿੰਘ ਹੈ ਉਹ ਤੁਹਾਡੇ ਹਜੇ ਵੀ ਵਿਰੁੱਧ ਹੈ। ਉਹਨੇ ਭਾਵੇਂ ਤੁਹਾਨੂੰ ਸਰਦਾਰੀਆਂ 'ਤੇ ਬਹਾਲ ਕਰਤਾ ਪਰ ਉਹ ਤੁਹਾਡੇ ਨਾਲ ਦਿਲੋਂ ਸਾਫ਼ ਨਹੀਂ। ਉਹਨੂੰ ਡਰ ਸੀ ਕਿ ਅਜੀਤ ਸਿੰਘ ਅੰਗਰੇਜ਼ਾਂ ਨੂੰ ਭੜਕਾ ਕੇ ਕੋਈ ਵੱਡਾ ਪੁਆੜਾ ਨਾ ਖੜਾ ਕਰ ਦਵੇ, ਹੁਣ ਉਹ ਤੁਹਾਨੂੰ ਵਿਸਾ ਕੇ ਮਰਵਾ ਵੀ ਸਕਦਾ। ਇਸ ਬਾਰੇ ਉਹਨੇ ਪਹਿਲਾਂ ਮੇਰੇ ਨਾਲ ਇੱਕ ਦੋ ਵਾਰੀ ਕੁਛ ਬੁਝਾਰਤ ਜਿਹੀ ਪਾਈ ਸੀ, ਪਰ ਮੈਂ ਚੁੱਪ ਹੋ ਰਿਹਾ ਅਤੇ ਮੈਂ ਤੁਹਾਨੂੰ ਆਪਣੇ ਨਿਗਦੇ ਮਿੱਤਰ ਸਮਝ ਕੇ ਇਹ ਭੇਤ ਭੰਨਿਆ ਜੀ, ਅੱਗੇ ਜਿਵੇਂ ਤੁਹਾਡੀ ਮਰਜ਼ੀ ਹੈ, ਧਿਆਨ ਸਿੰਘ ਦੇ ਬੋਲ ਹੈ। ਹੁਣ ਲਹਿਣਾ ਸਿੰਘ ਕਹਿੰਦਾ ਵੀ ਫਿਰ ਇਸ ਦਾ ਉਪਾਅ ਕੀ ਹੋ ਸਕਦਾ। ਧਿਆਨ ਸਿੰਘ ਕਹਿੰਦਾ ਕਿ ਇੱਕੋ ਉਪਾਅ ਹੈ, ਉਹ ਤੁਹਾਨੂੰ ਮਰਵਾਉਣਾ ਚਾਹੁੰਦਾ, ਤੁਸੀਂ ਉਹਨੂੰ ਮਾਰ ਦਿਓ। ਹੁਣ ਲਹਿਣਾ ਸਿੰਘ ਇਸ ਬਦਲੇ ਸਾਨੂੰ ਕੀ ਲਾਭ ਹੋਵੇਗਾ ਇਹ ਗੱਲ ਕਹਿੰਦੇ ਨੇ। ਧਿਆਨ ਸਿੰਘ ਕਹਿੰਦਾ ਕਿ ਭਾਈਆ ਜੀ ਮੇਰਾ ਤਾਂ ਹੁਣ ਗੱਲ ਸੱਚੀ ਹੈ ਵੀ ਦਿਲ ਕਰਦਾ ਵੀ ਰਾਜ ਕਾਜ ਛੱਡ ਕੇ ਮੈਂ ਤਾਂ ਹੁਣ ਸਭ ਕੁਝ ਛੱਡ ਕੇ ਕਾਸ਼ੀ ਚਲੇ ਜਾਵਾਂ, ਨਾਲੇ ਉੱਥੇ ਰੋਜ਼ ਗੰਗਾ ਮਾਈ ਦੇ ਦਰਸ਼ਨ ਕਰਿਆ ਕਰਾਂਗੇ, ਇਸ਼ਨਾਨ ਕਰਾਂਗੇ ਅਤੇ ਉੱਥੇ ਹੀ ਧੋ ਧੋ ਕੇ ਆਪਣੇ ਪਾਪ ਵੀ ਲਾ ਲਾਂਗਾ। ਇਹ ਗੱਲ ਵੀ ਤੁਹਾਡੇ ਭਲੇ ਵਾਸਤੇ ਛਿੜੀ ਸੀ ਅਤੇ ਸ਼ੇਰ ਸਿੰਘ ਨੂੰ ਕਤਲ ਕਰ ਦਿਓ, ਤਖ਼ਤ ਦੇ ਉੱਤੇ ਸ਼ੇਰੇ ਪੰਜਾਬ ਦੇ ਛੋਟੇ ਪੁੱਤਰ ਦਲੀਪ ਸਿੰਘ ਨੂੰ ਬਿਠਾ ਦਿਓ ਅਤੇ ਲਹਿਣਾ ਸਿੰਘ ਜੀ ਆਪ ਵਜ਼ੀਰ ਬਣ ਜਿਓ, ਬਸ ਰਾਜ ਦੇ ਮਾਲਕ ਹੁਣ ਫਿਰ ਤੁਸੀਂ ਹੋਵੋਗੇ ਅਤੇ ਮੈਨੂੰ ਜੰਮੂ ਜਗੀਰ ਦੇ ਦਿਓ ਅਤੇ ਉਹ ਮੇਰੇ ਵਾਸਤੇ ਉਹੀ ਬਹੁਤ ਹੈ, ਪਰ ਜਿਵੇਂ ਜਾਣਦੇ ਹੋ ਵੀ ਸ਼ੇਰ ਸਿੰਘ ਨੂੰ ਮਾਰ ਦਿਓ, ਕਿਸੇ ਵੀ ਤਰੀਕੇ ਮਾਰ ਦਿਓ, ਇਹ ਧਿਆਨ ਸਿੰਘ ਕਹਿੰਦਾ। ਹੁਣ ਇਹ ਬਣਤ ਬਣਾ ਕੇ ਲਹਿਣਾ ਸਿੰਘ ਅਤੇ ਅਜੀਤ ਸਿੰਘ ਲਾਹੌਰ ਤੋਂ ਤੁਰ ਪੈਂਦੇ ਆ ਮਹਾਰਾਜਾ ਸ਼ੇਰ ਸਿੰਘ ਨੂੰ ਮਾਰਨ ਵਾਸਤੇ। ਮਹਾਰਾਜਾ ਸ਼ੇਰ ਸਿੰਘ ਮੁਕੇਰੀਆਂ ਦੇ ਇਲਾਕੇ ਦੇ ਵਿੱਚ ਸ਼ਿਕਾਰ ਖੇਡਣ ਗਏ ਹੋਏ ਸਨ। ਇਹ ਦੋਵੇਂ ਸਰਦਾਰ ਮਹਾਰਾਜੇ ਦੇ ਤੰਬੂ ਵਿੱਚ ਜਾਂਦੇ ਨੇ ਅਤੇ ਫਤਿਹ ਬੁਲਾਉਂਦੇ ਆ। ਮਹਾਰਾਜਾ ਸ਼ੇਰ ਸਿੰਘ ਲਹਿਣਾ ਸਿੰਘ ਅਤੇ ਅਜੀਤ ਸਿੰਘ ਨੂੰ ਬੜੇ ਆਦਰ ਨਾਲ ਮਿਲਦਾ। ਹੁਣ ਇੱਥੇ ਸ਼ੇਰ ਸਿੰਘ, ਅਜੀਤ ਸਿੰਘ ਅਤੇ ਲਹਿਣਾ ਸਿੰਘ ਨੂੰ ਬੜੇ ਆਦਰ ਦੇ ਨਾਲ ਮਿਲਦਾ। ਉਹ ਕਹਿੰਦਾ ਵੀ ਆਓ ਚਾਚਾ ਜੀ, ਚਾਚਾ ਜੀ ਕਹਿੰਦਾ ਉਹਨਾਂ ਨੂੰ, ਕਿਵੇਂ ਦਰਸ਼ਨ ਦੇਣੇ ਹੋਏ, ਸੁੱਖ ਤਾਂ ਹੈ ਇਹ ਗੱਲ ਕਹਿੰਦਾ। ਹੁਣ ਲਹਿਣਾ ਸਿੰਘ ਕਹਿੰਦਾ ਕਿ ਮਹਾਰਾਜ ਸੁੱਖ ਹੁੰਦੀ ਤਾਂ ਲਾਹੌਰ ਛੱਡ ਕੇ ਏਡੀ ਦੂਰ ਤੁਹਾਡੇ ਕੋਲ ਕਿਉਂ ਆਉਂਦੇ। ਸ਼ੇਰ ਸਿੰਘ ਕਹਿੰਦਾ ਵੀ ਕਿਉਂ, ਕੀ ਗੱਲ ਹੋਈ ਹੈ। ਲਹਿਣਾ ਸਿੰਘ ਕਹਿੰਦਾ ਕਿ ਮਹਾਰਾਜ ਧਿਆਨ ਸਿੰਘ ਦੇ ਘੱਲੇ ਹੋਏ ਤੁਹਾਡੇ ਕੋਲ ਪਹੁੰਚਿਆ ਅਤੇ ਤੁਹਾਡਾ ਸਿਰ ਲੈਣ ਵਾਸਤੇ ਆਏ ਹਾਂ। ਇਹ ਗੱਲ ਸੁਣ ਕੇ ਮਹਾਰਾਜਾ ਸ਼ੇਰ ਸਿੰਘ ਨੇ ਆਪਣੀ ਤਲਵਾਰ ਕੱਢ ਕੇ ਦੇ ਤੀ ਲਹਿਣਾ ਸਿੰਘ ਨੂੰ, ਉਹਦੇ ਪੈਰਾਂ ਵਿੱਚ ਸੁੱਟਤੀ ਅਤੇ ਕਹਿੰਦਾ ਵੀ ਜਿਹੋ ਜਿਹਾ ਪਿਤਾ ਹੁੰਦਾ ਉਹ ਜੇ ਤੁਸੀਂ ਹੋ, ਤੁਸੀਂ ਸਾਡੇ ਚਾਚਾ ਜੀ ਹੋ, ਤੇਰੇ ਹੱਥੋਂ ਮੇਰੀ ਮੌਤ ਹੋਵੇਗੀ, ਇਸ ਤੋਂ ਉੱਪਰ ਹੋਰ ਕੀ ਹੋਊਗਾ, ਆਹ ਮੇਰੀ ਤਲਵਾਰ ਪਈ ਹੈ ਅਤੇ ਵੱਢ ਦਿਓ ਮੇਰਾ ਸਿਰ। ਹੁਣ ਇਹ ਗੱਲ ਸੁਣ ਕੇ ਲਹਿਣਾ ਸਿੰਘ ਜਿਹੜਾ ਉਹ ਉਹਦੇ ਚਰਨਾਂ ਦੇ ਵਿੱਚ ਢਹਿ ਪੈਂਦਾ ਅਤੇ ਆਖਣ ਲੱਗਦਾ ਕਿ ਮੇਰੇ ਜਾਨ ਤੋਂ ਪਿਆਰੇ ਮਹਾਰਾਜ ਜੀਓ, ਅਸੀਂ ਤੁਹਾਨੂੰ ਮਾਰਨਾ ਹੁੰਦਾ ਤਾਂ ਮੂੰਹੋਂ ਨਹੀਂ ਸੀ ਕਹਿੰਦੇ, ਅਸੀਂ ਤਾਂ ਇਸ ਵਾਸਤੇ ਆਏ ਹਾਂ
ਕਿ ਆਪ ਜੀ ਨੂੰ ਪਤਾ ਕਰ ਦਈਏ ਕਿ ਰਾਜਾ ਜਿਹੜਾ ਧਿਆਨ ਸਿੰਘ ਹੈ ਆਪ ਦੇ ਵਿਰੁੱਧ ਕੀ ਗੁੰਦਾਂ ਗੁੰਦ ਰਿਹਾ। ਅੱਜ ਉਸ ਦੇ ਘੱਲੇ ਹੋਏ ਅਸੀਂ ਆਏ ਹਾਂ ਤਾਂ ਤੁਹਾਨੂੰ ਆਪਣੇ ਸਮਝ ਕੇ ਖਬਰਦਾਰ ਕਰ ਦਿੱਤਾ, ਅਤੇ ਉਹਦੇ ਘੱਲੇ ਹੋਏ ਜੇ ਕੋਈ ਹੋਰ ਆ ਜਾਂਦੇ ਤਾਂ ਦੱਸੋ ਕੀ ਬਣਦਾ। ਪਰ ਭਲਕੇ ਕੋਈ ਹੋਰ ਆ ਜਾਂਦਾ ਤਾਂ ਹੋ ਸਕਦਾ ਸੀ ਤੁਹਾਨੂੰ ਮਾਰ ਵੀ ਦਿੰਦੇ। ਹੁਣ ਵੇਲਾ ਜੇ ਕੋਈ ਬਚਾਅ ਦਾ ਤਾਂ ਆਪਣਾ ਬਚਾਅ ਕਰ ਲਓ। ਸ਼ੇਰ ਸਿੰਘ ਕਹਿੰਦਾ ਵੀ ਬਚਾਅ ਉਹ ਕਿਵੇਂ ਕਰੀਏ। ਲਹਿਣਾ ਸਿੰਘ ਕਹਿੰਦਾ ਕਿ ਮਹਾਰਾਜ ਰਾਜਨੀਤੀ ਕਹਿੰਦੀ ਹੈ ਕਿ ਦੁਸ਼ਮਣ ਦੇ ਹੱਥੋਂ ਮਰਨ ਦੇ ਨਾਲੋਂ ਪਹਿਲਾਂ ਉਹਨੂੰ ਹੀ ਮਾਰ ਦਿਓ, ਆਪਣੇ ਦੁਸ਼ਮਣ ਨੂੰ ਹੀ ਮਾਰ ਦਿਓ, ਫਿਰ ਜਿਹੜੀ ਸਿਰ ਪਵੇ ਵੇਖੀ ਜਾਊਗੀ। ਉਹ ਤੁਹਾਨੂੰ ਕਤਲ ਕਰਵਾਉਣਾ ਚਾਹੁੰਦਾ, ਤੁਸੀਂ ਉਹਨੂੰ ਕਤਲ ਕਰ ਦਿਓ। ਹੁਣ ਸ਼ੇਰ ਸਿੰਘ ਕਹਿੰਦਾ ਕਿ ਫਿਰ ਇਹ ਕੰਮ ਤੁਸੀਂ ਕਰੋ, ਤੁਹਾਡੇ ਨਾਲੋਂ ਮੇਰਾ ਨੇੜੇ ਦਾ ਹੋਰ ਕੌਣ ਆ, ਭਰੋਸੇ ਵਾਲਾ ਕੌਣ ਹੈ, ਉਹਦੀ ਥਾਂ ਤੁਹਾਨੂੰ ਮੈਂ ਵਜ਼ੀਰ ਬਣਾ ਲਵਾਂਗਾ ਆਪਣਾ, ਲਹਿਣਾ ਸਿੰਘ ਨੂੰ। ਲਹਿਣਾ ਸਿੰਘ ਕਹਿੰਦਾ ਕਿ ਕੁਛ ਜੇ ਕਹਿੰਦੇ ਹੋ ਤਾਂ ਕਰ ਦਿੰਦੇ ਹਾਂ, ਪਰ ਕੁਝ ਗੱਲਾਂ ਅਜਿਹੀਆਂ ਨੇ ਵੀ ਜਿਹੜੀਆਂ ਸਾਨੂੰ ਲਿਖਤੀ ਰੂਪ ਵਿੱਚ ਦਿਓ, ਕਿਉਂਕਿ ਤੁਸੀਂ ਬਹੁਤ ਲੋਕਾਂ ਨਾਲ ਕਰਾਰ ਕੀਤੇ ਹੋਏ ਨੇ ਜਿਹੜੇ ਪੂਰੇ ਨਹੀਂ ਹੋਏ। ਅਸੀਂ ਚਾਹੁੰਦੇ ਹਾਂ ਵੀ ਸਾਨੂੰ ਕੁਛ ਲਿਖ ਕੇ ਦਿਓ ਵੀ ਇਹ ਚੀਜ਼ਾਂ ਹੋਣਗੀਆਂ, ਵੀ ਮੈਂ ਤੁਹਾਨੂੰ ਆਪਣਾ ਵਜ਼ੀਰ ਬਣਾਊਂਗਾ। ਹੁਣ ਵਜ਼ੀਰ ਦਾ ਕਤਲ ਕਰਨ ਦਾ ਹੁਕਮ ਲਿਖ ਕੇ ਦਿੱਤਾ ਜਾਂਦਾ। ਮਹਾਰਾਜਾ ਸ਼ੇਰ ਸਿੰਘ ਨੇ ਲਿਖ ਦਿੱਤਾ ਕਿ ਧਿਆਨ ਸਿੰਘ ਨੂੰ ਕਤਲ ਕਰ ਦਿਓ, ਤੁਹਾਡਾ ਖੂਨ ਵੀ ਮਾਫ਼। ਉਹਦੀ ਥਾਂ 'ਤੇ ਲਹਿਣਾ ਸਿੰਘ ਨੂੰ ਵਜ਼ੀਰ ਬਣਾ ਲਿਆ ਜਾਊਗਾ। ਸੰਧਾ ਵਾਲੀ ਦੀਆਂ ਜਿਹੜੀਆਂ ਜਗੀਰਾਂ ਨੇ ਉਹਨਾਂ ਨੂੰ ਦੁੱਗਣਾ ਕਰ ਦਿੱਤਾ ਜਾਊਗਾ। ਹੁਣ ਇਹ ਲਿਖਵਾ ਕੇ ਜਿਹੜੇ ਸੰਧਾ ਵਾਲੀ ਆ ਭਰਾ ਨੇ ਇਕਰਾਰ ਕਰਕੇ 15 ਸਤੰਬਰ ਨੂੰ ਸਾਡੀ ਫੌਜ ਦੀ ਹਾਜ਼ਰੀ ਲਵੋ ਨੂੰ ਕਹਿ ਕੇ ਉੱਥੋਂ ਤੁਰ ਪੈਂਦੇ ਆ। ਉਹ ਕਹਿੰਦੇ ਵੀ ਅਸੀਂ ਧਿਆਨ ਸਿੰਘ ਨੂੰ ਕਤਲ ਕਰ ਦੇਵਾਂਗੇ। ਅਗਲੇਰੇ ਦਿਨ ਹੁਣ ਦੋਵੇਂ ਸਰਦਾਰ ਲਾਹੌਰ ਧਿਆਨ ਸਿੰਘ ਦੇ ਕੋਲ ਆ ਮਿਲਦੇ ਆ। ਹੁਣ ਮਹਾਰਾਜੇ ਦਾ ਲਿਖਿਆ ਹੋਇਆ ਜਿਹੜਾ ਹੁਕਮ ਹੈ ਉਹਦੇ ਅੱਗੇ, ਯਾਨੀ ਕਿ ਧਿਆਨ ਸਿੰਘ ਦੇ ਅੱਗੇ ਪੇਸ਼ ਕਰ ਦਿੰਦੇ ਆ। ਜਿਸ ਵੇਲੇ ਡੋਗਰਿਆਂ ਨੇ ਕਤਲ ਦਾ ਹੁਕਮ ਪੜ੍ਹਿਆ, ਧਿਆਨ ਸਿੰਘ ਹੇਠਲਾ ਸਾਹ ਹੇਠੇ ਰਹਿ ਗਿਆ, ਉਤਲਾ ਸਾਹ ਉੱਪਰ ਰਹਿ ਜਾਂਦਾ। ਲਹਿਣਾ ਸਿੰਘ ਦੇ ਚਰਨਾਂ ਨੂੰ ਫੜ ਲੈਂਦਾ ਧਿਆਨ ਸਿੰਘ। ਉਹ ਕਹਿੰਦਾ ਵੀ ਲਹਿਣਾ ਸਿਆਂ ਮੇਰੇ ਵਾਸਤੇ ਅੱਜ ਤੋਂ ਤੂੰ ਰੱਬ ਹੈ, ਗੁਰੂ ਦੇ ਵਾਸਤੇ ਮੇਰੀ ਜਾਨ ਬਖਸ਼ ਦੇ। ਮੈਂ ਜੰਮੂ ਵੀ ਛੱਡ ਦੂੰ, ਪੰਜਾਬ 'ਚੋਂ ਵੀ ਨਿਕਲ ਜੂੰਗਾ, ਦੇਸ਼ ਨਿਕਾਲਾ ਦੇ ਦੂੰ ਮੈਨੂੰ। ਮਹਾਰਾਜਾ ਸ਼ੇਰ ਸਿੰਘ ਆਪਣੇ ਖਾਸ ਤੰਬੂ ਵਿੱਚ ਬੈਠਾ ਹੋਇਆ ਸੀ, ਅਤੇ ਲਹਿਣਾ ਸਿੰਘ ਅਤੇ ਅਜੀਤ ਸਿੰਘ ਜਿਹੜੇ ਨੇ ਉਹ 5000 ਫੌਜ ਸਣੇ ਪਹੁੰਚਦੇ ਆ। ਅਤੇ ਆਉਂਦਿਆਂ ਹੀ ਫੌਜ ਦਾ ਇੱਕ ਜਿਹੜਾ ਦਸਤਾ ਹੈ ਉਹ ਤੋਪਾਂ ਦੇ ਕੋਲ ਖਲੋ ਜਾਂਦਾ, ਅਤੇ ਦੋਵੇਂ ਤੰਬੂ ਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਦੇ ਕੋਲ ਆ ਕੇ ਹਾਜ਼ਰ ਹੋ ਜਾਂਦੇ ਆ। ਅਤੇ ਜਾਂਦਿਆਂ ਹੀ ਅਜੀਤ ਸਿੰਘ ਜਿਹੜਾ ਉਹ ਗੋਲੀ ਦਾਗ ਦਿੰਦਾ। ਮਹਾਰਾਜਾ ਸ਼ੇਰ ਸਿੰਘ ਦੀ ਛਾਤੀ ਦੇ ਸੱਜੇ ਪਾਸੇ ਗੋਲੀ ਲੱਗਦੀ ਹੈ ਅਤੇ ਉਹ ਕੁਰਸੀਓਂ ਥੱਲੇ ਡਿੱਗ ਪੈਂਦਾ। ਹੁਣ ਬੁੱਧ ਸਿੰਘ ਮਹਿਰਾ ਜਿਹੜਾ ਉਹ ਮਹਾਰਾਜੇ 'ਤੇ ਚੋਰ ਕਰ ਰਿਹਾ ਸੀ, ਜਿਹੜਾ ਕੋਸ਼ਿਸ਼ ਕਰਦਾ ਰੋਕਣ ਦੀ ਪਰ ਰੋਕ ਨਹੀਂ ਪਾਉਂਦਾ। ਹੁਣ ਇੱਥੇ ਮਹਾਰਾਜਾ ਸ਼ੇਰ ਸਿੰਘ ਦਾ ਸਿਰ ਵੱਢ ਦਿੱਤਾ ਜਾਂਦਾ। 2 ਸਾਲ 7 ਮਹੀਨੇ 27 ਦਿਨ ਰਾਜ ਕਰਕੇ 36 ਸਾਲ ਦੀ ਉਮਰ ਦੇ ਵਿੱਚ ਦਿਨ ਸ਼ਨੀਵਾਰ ਦਾ 15 ਸਤੰਬਰ 1843 ਨੂੰ ਉਹ ਸੰਧਾ ਵਾਲੀਆਂ ਦੇ ਹੱਥੋਂ ਕਤਲ ਹੋ ਜਾਂਦਾ। ਸੰਧਾ ਵਾਲੀਏ ਇਹ ਵਿਸਾਹਘਾਤ ਨਾ ਕਰਦੇ ਤਾਂ ਸ਼ੇਰ ਸਿੰਘ ਉਹਨਾਂ ਦਾ ਦਿਲੋਂ ਮਿੱਤਰ ਬਣ ਕੇ ਰਹਿੰਦਾ, ਪਰ ਇੱਥੇ ਉਹ ਵਿਸਾਹਘਾਤ ਕਰ ਦਿੰਦੇ ਨੇ ਅਤੇ ਇਸ ਤਰੀਕੇ ਦੇ ਨਾਲ ਸ਼ੇਰ ਸਿੰਘ ਜਿਹੜਾ ਮਾਰਿਆ ਜਾਂਦਾ। ਹੁਣ ਦੋਵੇਂ ਸਰਦਾਰ ਕਿਲੇ ਤੋਂ ਤੁਰਦੇ ਨੇ। ਮਹਾਰਾਜਾ ਸ਼ੇਰ ਸਿੰਘ ਦਾ ਇੱਕ ਵੱਡਾ ਲੜਕਾ ਸੀ ਪ੍ਰਤਾਪ ਸਿੰਘ, ਉਹ ਰਸਤੇ ਦੇ ਵਿੱਚ ਉਹਨਾਂ ਦੇ ਨਜ਼ਰੀ ਪੈਂਦਾ। ਉਹ ਕੁਛ ਬ੍ਰਾਹਮਣਾਂ ਨੂੰ ਦਾਨ ਕਰ ਰਿਹਾ ਸੀ। ਲਹਿਣਾ ਸਿੰਘ ਕੀ ਕਰਦਾ, ਉਹਦਾ ਵੀ ਸਿਰ ਵੜ ਦਿੰਦਾ। ਉਹ ਕਹਿੰਦਾ ਵੀ ਇਹ ਸਾਡੇ ਰਾਹ ਦਾ ਰੋੜਾ ਬਣ ਸਕਦਾ। ਧਿਆਨ ਸਿੰਘ ਸੰਧਾ ਵਾਲੀਆ ਦੋਵੇਂ ਪਿਓ ਪੁੱਤ ਜਿਹੜੇ ਨੇ ਉਹਨਾਂ ਦਾ ਕਤਲ ਕਰਕੇ ਸੰਧਾ ਵਾਲੀਏ ਕਿਲੇ ਦੇ ਉੱਤੇ ਕਬਜ਼ਾ ਕਰਨ ਵਾਸਤੇ ਪਹੁੰਚਦੇ ਆ। ਹੁਣ ਇੱਥੇ ਰਾਜਾ ਧਿਆਨ ਸਿੰਘ ਮਿਲਦਾ, ਉਹਨੂੰ ਨਾਲ ਲੈ ਕੇ ਸੰਧਾ ਵਾਲੀਏ ਕਿਲੇ ਵਿੱਚ ਦਾਖਲ ਹੁੰਦੇ ਆ।
ਸੰਧਾ ਵਾਲਿਆਂ ਦੀ ਫੌਜ ਦਰਵਾਜ਼ੇ ਦੇ ਉੱਤੇ ਪਹਿਰਾ ਦੇ ਰਹੀ ਅਤੇ ਧਿਆਨ ਸਿੰਘ ਦੁਸ਼ਮਣਾਂ ਦੇ ਕਬਜ਼ੇ ਵਿੱਚ ਕਿਲ੍ਹੇ ਦੇ ਅੰਦਰ ਘਿਰਿਆ ਹੋਇਆ। ਰਾਜਾ ਧਿਆਨ ਸਿੰਘ ਜਿਹੜਾ ਹੈ ਉਹ ਲਹਿਣਾ ਸਿੰਘ ਦੀ ਬਾਂਹ ਫੜ ਕੇ ਅੱਗੇ ਵੱਧ ਰਿਹਾ। ਇੱਥੇ ਗਿਆਨੀ ਗੁਰਮੁਖ ਸਿੰਘ, ਅਜੀਤ ਸਿੰਘ ਮਗਰ ਮਗਰ ਚੱਲ ਰਹੇ ਹਨ। ਸ਼ੀਸ਼ ਮਹਿਲ ਦੀ ਬਾਹਰਲੀ ਡਿਊੜੀ ਦੇ ਕੋਲ ਪਹੁੰਚਦੇ ਆ। ਧਿਆਨ ਸਿੰਘ ਜਿਹੜਾ ਬੜੇ ਹੰਕਾਰ ਦੇ ਵਿੱਚ ਕਹਿੰਦਾ ਕਿ ਲਹਿਣਾ ਸਿਆਂ, ਮੇਰੇ ਖਿਆਲ ਦੇ ਵਿੱਚ ਅਜਿਹਾ ਕੋਈ ਮਾਈ ਦਾ ਲਾਲ ਨਹੀਂ ਜਿਹੜਾ ਮੇਰੀ ਜਗ੍ਹਾ ਲੈ ਸਕੇ, ਧਿਆਨ ਸਿੰਘ ਦੀ ਜਗ੍ਹਾ ਲੈ ਸਕੇ, ਜਿਹੜਾ ਪੰਜਾਬ ਦਾ ਵਜ਼ੀਰ ਬਣ ਸਕਿਆ ਇਹੋ ਜਿਹਾ ਕੋਈ ਨਹੀਂ ਮੇਰੇ ਵਰਗਾ। ਗੁਰਮੁਖ ਸਿੰਘ ਕਹਿੰਦਾ ਵੀ ਭਲਾ ਇਹ ਕਿੱਧਰ ਦਾ ਨਿਆਂ ਹੋਇਆ, ਜਦ ਕੜਾਇਆ ਨਵਾਂ ਲਾਇਆ ਤਾਂ ਜਿਹੜਾ ਕੜਛਾ ਹੈ ਉਹ ਪੁਰਾਣਾ ਕਿਉਂ ਰਹਿਣ ਦੇਈਏ। ਧਿਆਨ ਸਿੰਘ ਦਾ ਫਿਰ ਇੱਥੇ ਕਤਲ ਕੀਤਾ ਜਾਂਦਾ। ਅਜੀਤ ਸਿੰਘ ਦੇ ਹੱਥ ਦੇ ਵਿੱਚ ਦੁਨਾਲੀ ਸੀ, ਉਹਨੇ ਉਸੇ ਵੇਲੇ ਗੋਲੀ ਮਾਰਤੀ ਧਿਆਨ ਸਿੰਘ, ਉੱਥੇ ਥਾਈ ਢੇਰ ਕਰਤਾ। ਤੇ ਇੱਥੇ ਮਹਾਰਾਣੀ ਚੰਦ ਕੌਰ ਦਾ ਸ਼ਰਾਪ ਵੀ ਪੂਰਾ ਹੁੰਦਾ। 15 ਸਤੰਬਰ 1843 ਨੂੰ ਧਿਆਨ ਸਿੰਘ ਪਾਣੀ ਪਾਣੀ ਕਰਕੇ ਮਰਦਾ। ਹੌਲੀ ਹੌਲੀ ਉਹਦੇ ਸਵਾਸ ਨਿਕਲਦੇ ਅਤੇ ਕਹਿੰਦਾ ਕਿ ਮੈਨੂੰ ਪਾਣੀ ਦਿਓ, ਪਰ ਕੋਈ ਪਾਣੀ ਨਹੀਂ ਦਿੰਦਾ। ਇਹੋ ਜਿਹੇ ਪੁਰਸ਼ ਦਾ ਅੰਤ ਵੀ ਇਹੋ ਜਿਹਾ ਹੀ ਹੋਣਾ ਚਾਹੀਦਾ ਸੀ। ਇੱਕ ਅੰਗਰੇਜ਼ ਵਿਦਵਾਨ ਹੈ ਹੈਗਰਟ, ਉਹ ਲਿਖਦਾ ਕਿ ਜਿਹੜਾ ਆਪਣੀ ਕੌਮ ਦੇ ਨਾਲ, ਆਪਣੀ ਜਨਮ ਭੂਮੀ ਦੇ ਨਾਲ ਦਗਾ ਕਰਦਾ, ਉਹਨਾਂ ਦੇ ਸਰੀਰ ਜਿਹੜੇ ਨੇ ਉਹ ਰੂੜੀ ਦੇ ਉੱਤੇ ਸਿੱਟ ਦੇਣੇ ਚਾਹੀਦੇ ਆ ਅਤੇ ਖੇਤਾਂ ਦੇ ਵਿੱਚ ਪਾਉਣੀ ਚਾਹੀਦੀ ਹੈ। ਪਰ ਉਹ ਇੱਕ ਗੱਲ ਹੋਰ ਕਹਿੰਦਾ ਵੀ ਮੇਰਾ ਖਿਆਲ ਹੈ ਵੀ ਇਹ ਵੀ ਨਹੀਂ ਕਰਨਾ ਚਾਹੀਦਾ ਵੀ ਉਹ ਤਾਂ ਰੂੜੀ 'ਤੇ ਸੁੱਟਣ ਦੇ ਵੀ ਲਾਇਕ ਨਹੀਂ, ਕਿਉਂਕਿ ਉਹਨੂੰ ਡਰ ਹੈ ਕਿ ਉਹਨਾਂ ਦੇ ਲਹੂ ਦੀ ਜਿਹੜੀ ਤਸੀਰ ਹੈ ਕਿਤੇ ਆਉਣ ਵਾਲੀਆਂ ਜਿਨਸਾਂ ਨੂੰ ਨਾ ਖਾ ਲਵੇ, ਦੂਜਿਆਂ ਦੇ ਲਹੂ ਦੇ ਵਿੱਚ ਨਾ ਮਿਲ ਜਾਣ ਅਤੇ ਉਹ ਵੀ ਕਿਤੇ ਦੇਸ਼ ਧਰੋਹੀ ਨਾ ਪੈਦਾ ਕਰ ਦੇਣ। ਅਤੇ ਇਸ ਤਰੀਕੇ ਦੇ ਨਾਲ ਸ਼ੇਰ ਸਿੰਘ ਮਾਰਿਆ ਜਾਂਦਾ ਅਤੇ ਉਸਦੇ ਪੁੱਤਰ ਨੂੰ ਮਾਰਿਆ ਜਾਂਦਾ ਅਤੇ ਅੰਤ ਦੇ ਵਿੱਚ ਧਿਆਨ ਸਿੰਘ ਵੀ ਜਿਹੜਾ ਉਹ ਵੀ ਮਰ ਜਾਂਦਾ। ਤਾਂ ਇਹ ਸੀ ਸ਼ੇਰ ਸਿੰਘ ਦੇ ਕਤਲ ਦੀ ਕਹਾਣੀ, ਕਿਵੇਂ ਉਸਨੂੰ ਕਤਲ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦਾ ਇਹ ਪੁੱਤ ਹੈ ਸ਼ੇਰ ਸਿੰਘ, ਜਿਹੜਾ ਤਖ਼ਤ ਦੇ ਉੱਤੇ ਬੈਠਦਾ, ਤਕਰੀਬਨ 2 ਸਾਲ ਰਾਜ ਕਰਦਾ ਅਤੇ ਉਸ ਤੋਂ ਬਾਅਦ ਉਸਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਹੁਣ ਵਾਰੀ ਆਉਂਦੀ ਹੈ ਜੀ ਦਲੀਪ ਸਿੰਘ ਦੀ, ਜਦੋਂ ਉਹਨਾਂ ਨੂੰ ਰਾਜ ਗੱਦੀ 'ਤੇ ਬਿਠਾਇਆ ਜਾਂਦਾ। ਇਹਦੇ ਬਾਰੇ ਅਸੀਂ ਇੱਕ ਨਵੇਂ ਐਪੀਸੋਡ ਦੇ ਵਿੱਚ ਦੱਸਾਂਗੇ। ਮੈਂ ਉਮੀਦ ਕਰਦਾ ਕਿ ਤੁਹਾਨੂੰ ਬੜੀ ਜਾਣਕਾਰੀ ਮਿਲੀ ਹੋਵੇਗੀ ਮਹਾਰਾਜਾ ਰਣਜੀਤ ਸਿੰਘ ਦੇ ਪੁੱਤ ਸ਼ੇਰ ਸਿੰਘ ਦੇ ਬਾਰੇ ਕਿ ਉਹ ਕਿਸ ਤਰੀਕੇ ਦੇ ਨਾਲ ਰਾਜ ਕਰਦੇ ਰਹੇ ਅਤੇ ਕਿਹਨਾਂ ਦੀਆਂ ਗੱਦਾਰੀਆਂ ਕਰਕੇ ਫਿਰ ਉਹ ਵੀ ਜਿਹੜੇ ਨੇ ਮਾਰੇ ਜਾਂਦੇ ਆ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਮੈਂ ਉਮੀਦ ਕਰਦਾ ਕਿ ਤੁਸੀਂ ਵੀਡੀਓ ਨੂੰ ਪਸੰਦ ਕਰੋਗੇ, ਸ਼ੇਅਰ ਵੀ ਕਰੋਗੇ ਅਤੇ ਸਾਨੂੰ ਹੋਰ ਉਤਸ਼ਾਹਿਤ ਕਰੋਗੇ ਕਿ ਅਸੀਂ ਸਿੱਖ ਰਾਜ ਕਿਵੇਂ ਗਿਆ ਅਤੇ ਆਪਣੇ ਖਾਲਸਾ ਰਾਜ ਦੇ ਬਾਰੇ, ਸਿੱਖ ਇਤਿਹਾਸ ਦੇ ਬਾਰੇ ਅਸੀਂ ਤੁਹਾਨੂੰ ਹੋਰ ਜਾਗਰੂਕ ਕਰੀਏ, ਸਾਡਾ ਸਾਥ ਦਊਂਗੇ। ਸੋ ਇਹਨਾਂ ਲਫ਼ਜ਼ਾਂ ਦੇ ਨਾਲ ਤੁਹਾਡੇ ਤੋਂ ਵੀ ਇਜਾਜ਼ਤ ਚਾਹਾਂਗੇ। ਤੁਸੀਂ ਬਣੇ ਰਹੋ ਸਿੱਖ ਯੂਨੀਵਰਸ ਚੈਨਲ ਦੇ ਨਾਲ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।